काफला टीवी देख रहे सब दर्शकों नूं कुलदीप गिल वालों प्यार सत्कार नाल निघी जी आया सत श्री अकाल प्रवान होवे। काफला टीवी सत्ते दिन 24 घंटे क्रॉस कनेडा वख-वख मुल्कां दे विच देखा जाण वाला आई पी बॉक्स उत्ते ते सोशल मीडिया उत्ते यूट्यूब चैनल नूं नहीं सबसक्राइब किया तां तुसीं काफला टीवी एच डी पा के सबसक्राइब कर सकते हो। वख-वखरे एपीसोड, लोकल न्यूज़, हफ्तावारी न्यूज़, वर्ल्डवाइड न्यूज़ साढ़े जिहड़े यूट्यूब चैनल दे उत्ते उपलब्ध हन, तुसीं वाच कर सकते हो। हमेशा साडी कोशिश हुंदी आ साढ़े इस मुल्क दे मुद्दे कैनेडा दे जां भारत दे जां पंजाब दे विच की कुछ हो रहा हैगा, जिहड़ियां सरकारां ने किन्ना कु लोकां दे नाल ओह मोढे नाल मोढा मिला के चलदियां ने, क्योंकि जिहड़ी कुदरती करोपी कारण की सरकारां ने पंजाब नूं हड़ होए ने, जिहड़े लोकां दे घर ढह गए ने, जां जिहड़ा फसली नुकसान होया हैगा, की सरकारां उहनां दे नाल उहनां नूं कोई फंड उहनां नूं राहत हजे तक दित्ती आ सरकारां ने जां कि नहीं। साडे सीनियर पत्रकार अवतार सिंह शेरगिल जी जुड़े हुए ने। गिल साहब जी आया, वेलकम। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਗਿਲ ਸਾਹਿਬ, ਆਪਾਂ ਗੱਲ ਕਰਾਂਗੇ ਜੀ ਪੰਜਾਬ ਦੇ ਜਿਹੜੇ ਹੜ੍ਹਾਂ ਦੀ ਵੀ ਗੱਲ ਕਰਾਂਗੇ, ਉਸ ਤੋਂ ਪਹਿਲਾਂ ਜੇ ਗੱਲ ਕਰੀਏ ਐੱਨ ਆਈ ਏ ਦੀ, ਜਿਹੜੀ ਖਾਲਸਾ ਏਡ ਆ ਜਿਹੜੀ ਉਹਨਾਂ ਉੱਤੇ ਉਹਨਾਂ ਵੱਲੋਂ ਜਿਹੜੀ ਰੇਡ ਮਾਰੀ ਗਈ, ਇਹ ਉਹ ਸੰਸਥਾ ਹੈਗੀ ਆ ਜਿੱਥੇ ਕੁਦਰਤੀ ਕਰੋਪੀ ਕਾਰਨ ਹੜ੍ਹ ਪੀੜਤ ਹੋਣ ਜਾਂ ਕਿਤੇ ਕੋਈ ਕੁਦਰਤੀ ਕਰੋਪੀ ਆ ਜਾਵੇ ਜਾਂ ਕਿਤੇ ਕੋਈ ਅੱਗਾਂ ਲੱਗ ਜਾਣ ਜਾਂ ਕਿਤੇ ਕੋਈ ਭੁਚਾਲ ਆ ਜਾਣ, ਉੱਥੇ ਜਾ ਕੇ ਲੋਕਾਂ ਦੀ ਸਹਾਇਤਾ ਕਰਦੀ ਆ। ਕੀ ਐੱਨ ਆਈ ਏ ਨੇ ਜਾ ਕੇ ਕੀ ਇਹਨਾਂ ਨੇ ਪ੍ਰੂਵ ਕੀਤਾ ਹੈਗਾ ਜੋ ਕਿ ਉਹਨਾਂ ਦੇ ਗੋਦਾਮਾਂ ਦੇ ਵਿੱਚ ਜਾ ਕੇ ਛਾਪੇਮਾਰੀ ਕੀਤੀ? ਕੀ ਇਹਨਾਂ ਨੂੰ ਕੁਛ ਲੱਭਿਆ? ਕੀ ਇੱਕ ਮਤਲਬ ਜੀ ਆਪਾਂ ਦੇਖੀਏ ਵੀ ਇੱਕ ਸਿੱਖ ਹੋਣ ਦਾ ਦਸਤਾਰਧਾਰੀ ਤਾਂ ਕਰਕੇ ਜਿਹੜਾ ਛਾਪਾ ਮਾਰਿਆ ਗਿਆ ਹੈਗਾ, ਫਰੀ ਜਾ ਕੇ ਲੋਕਾਂ ਨੂੰ ਲੰਗਰ ਛਕਾ ਰਹੇ ਨੇ ਆਪਣੇ ਪੂਰੇ ਭਾਰਤ ਦੇ ਵਿੱਚ, ਜੇ ਕੋਈ ਕਰੋਪੀ ਆਉਂਦੀ ਆ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ, ਕਿਉਂ ਇਹਨਾਂ ਨੇ ਐੱਨ ਆਈ ਏ ਜਾ ਕੇ ਜੀ ਗੋਦਾਮਾਂ ਦੇ ਵਿੱਚ ਛਾਪਾ ਮਾਰਿਆ? ਨਹੀਂ, ਪਹਿਲਾਂ ਤਾਂ ਮੈਂ ਇਹ ਕਲੀਅਰ ਕਰ ਦਵਾਂ ਕਿ ਐੱਨ ਆਈ ਏ ਦਾ ਜਿਹੜਾ ਸੀਗਾ ਉਹ ਛਾਪਾ ਸੀ ਕਿ ਗੈਂਗਸਟਰਾਂ ਦਾ ਕਿਤੇ ਜਿਹੜੇ ਖੜਕੂ ਆ, ਖੜਕੂਵਾਲ ਦੇ ਟਾਈਮ ਖਾਲਿਸਤਾਨੀ ਆ ਉਹਨਾਂ ਦੇ ਨਾਲ ਕਿਤੇ ਨੈਕਸਸ ਆ ਗੜਜੋੜ ਕਰਕੇ, ਉਦੋਂ ਦੇ ਖੜਕੂ ਸੀਗੇ ਤੇ ਹੁਣ ਗੈਂਗਸਟਰ ਬਣ ਗਏ ਆ, ਉਹਨੂੰ ਲੈ ਕੇ ਇਹਨਾਂ ਨੂੰ ਕੋਈ ਇਨਪੁਟਸ ਮਿਲੀਆਂ ਜਿਵੇਂ ਫੜੀ ਜਾਣ ਡਏ ਆ, ਉਹਨਾਂ ਦੇ ਵਿੱਚ ਉਹਨਾਂ ਨਾਲ ਕਨੈਕਸ਼ਨ ਜੁੜਦੇ ਆ, ਉਹਨੂੰ ਲੈ ਕੇ ਇਹਨਾਂ ਦੇ ਕਈ ਆਗੂਆਂ ਦੇ ਜਿਹੜੇ ਬਾਹਰ ਰਹਿੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ, ਤੇ ਉਸੇ ਕੜੀ ਦੇ ਵਿੱਚ ਜਦੋਂ ਖਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ ਦੇ ਵਿੱਚ ਹੈੱਡਕੁਆਰਟਰ ਤੇ ਛਾਪਾ ਪਿਆ, ਉਹ ਸਾਰਿਆਂ ਨੂੰ ਹੈਰਾਨੀ ਹੋਈ ਕਿ ਸਿੱਖ ਕੌਮ ਤਾਂ ਹਮੇਸ਼ਾ ਕਦੀ ਉਹਨੇ ਭੇਦਭਾਵ ਕਿਤੇ ਆਪਣੇ ਇਸ ਦੇਸ਼ 'ਚ ਨਹੀਂ ਕੀਤਾ, ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਦੇਖਿਆ ਚਾਹੇ ਜੰਗ ਚੱਲਦੀ ਹੋਵੇ ਚਾਹੇ ਕਿਤੇ ਵੀ ਕੁਛ ਹੋਇਆ ਹੋਵੇ, ਸੀਰੀਆ ਦੇ ਵਿੱਚ ਇੰਨੇ ਜੰਗ ਦੇ ਮੈਦਾਨ ਵਿੱਚ ਜਾ ਕੇ ਉਹ ਸੇਵਾ ਕਰਦੇ ਰਹੇ, ਉਸਦੇ ਬਾਵਜੂਦ ਵੀ ਜਦੋਂ ਉਹਨਾਂ ਦੇ ਨਾਲ ਇਹੋ ਜਿਹਾ ਕੀਤਾ ਗਿਆ ਤਾਂ ਸਾਰੀ ਦੁਨੀਆ ਦੰਗ ਰਹਿ ਗਈ ਵੀ ਆਖਰ ਖਾਲਸਾ ਏਡ ਵਾਲਿਆਂ ਦੇ ਉੱਤੇ ਨਿਸ਼ਾਨਾ ਬਣਾਉਣਾ ਜਾਂ ਉਹਨਾਂ ਦੇ ਛਾਪੇ ਮਾਰਨਾ ਇਹ ਬਹੁਤ ਨਿੰਦਣਯੋਗ ਹੈ। ਪਰ ਉਹਦੇ ਚ ਨਿਕਲਣਾ ਨੁਕਲਣਾ ਦੀ ਕੀ ਗੱਲ ਸੀ, ਦੇਖੋ ਕੋਈ ਵੀ ਗੱਲ ਆ ਚਾਹੇ ਕਾਨੂੰਨ ਦੇ ਅਨੁਸਾਰ ਆ ਚਾਹੇ ਬਾਹਰ ਆ, ਪਰ ਉਹਦੇ ਵਿੱਚ ਜੇ ਤੁਹਾਨੂੰ ਲੱਗਦਾ ਸੀ ਕਿਤੇ ਕੋਈ ਜੁੜਿਆ ਆ ਮਸਲਾ ਜਾਂ ਕਿਤੇ ਕੋਈ ਕਨੈਕਸ਼ਨ ਮਿਲਦਾ ਸੀ ਤੁਹਾਨੂੰ, ਤੇ ਉਹਦੇ ਚ ਤਲਬ ਕੀਤਾ ਜਾ ਸਕਦਾ ਸੀਗਾ ਬੁਲਾ ਕੇ ਉਹਨਾਂ ਨਾਲ ਸੱਦ ਕੇ ਪੁੱਛਗਿੱਛ ਕਰਕੇ ਸਵਾਲ ਜਵਾਬ ਕਰਦੇ, ਇਸ ਤਰੀਕੇ ਨਾਲ ਜਦੋਂ ਛਾਪਾ ਮਾਰਨਾ ਜਾ ਕੇ ਤੇ ਉਸ ਤਰੀਕੇ ਨਾਲ ਜਾ ਕੇ ਉਹਨਾਂ ਦੇ ਉਹ ਇੱਕਦਮ ਧਾਵਾ ਬੋਲ ਦੇਣਾ, ਤੇ ਉਹਦੇ ਵਿੱਚ ਫਿਰ ਲੋਕਾਂ ਨੂੰ ਇਹ ਲੱਗਦਾ ਆ ਵੀ ਦੇਖੋ ਇਹ ਉਹੀ ਗੱਲ ਹੋਈ ਤੇ ਸਿੱਖਾਂ ਦੇ ਨਾਲ ਫਿਰ ਇੱਕ ਵਾਰੀ ਬੇਗਾਨਗੀ ਦਾ ਅਹਿਸਾਸ ਜਿਹੜਾ ਕਰਵਾਇਆ ਜਾ ਰਿਹਾ। ਪਹਿਲਾਂ ਹੀ ਇਹ ਤਾਂ ਨਫ਼ਰਤ ਵਾਲਾ ਕੰਮ ਜਿਹੜਾ ਸਿੱਖਾਂ ਦੇ ਨਾਲ ਹੁੰਦਾ ਪਿਆ ਸ਼ੁਰੂ ਤੋਂ ਆ ਕੇ, ਕਾਂਗਰਸ ਸਰਕਾਰ ਵੇਲੇ ਵੀ ਉਹੀ ਕੰਮ ਸੀਗਾ ਤੇ ਹੁਣ ਜਦੋਂ ਬੀਜੇਪੀ ਸਰਕਾਰ ਆਈ ਆ ਤੇ ਫਿਰ ਇਹਦੇ ਤੋਂ ਇਹ ਆਸ ਨਹੀਂ ਸੀ ਕੀਤੀ ਜਾ ਸਕਦੀ। ਕਾਂਗਰਸ ਨੇ ਤਾਂ 70 ਸਾਲ ਪਹਿਲਾਂ ਹੀ ਸਿੱਖਾਂ ਨੂੰ ਬੇਗਾਨਗੀ ਦਾ ਹੀ ਅਹਿਸਾਸ ਕਰਵਾਇਆ ਸੀ, ਪਰ ਇਹ ਜਿਹੜਾ ਆ ਹੁਣ ਇਹ ਨਵਾਂ ਆਹ ਚੀਜ਼ਾਂ ਜਿਹੜੀ ਨਿਕਲ ਆਈ ਆ ਗੱਲ, ਉਹ ਤੋਂ ਬਾਅਦ ਸਿੱਖਾਂ ਨੂੰ ਇਹ ਲੱਗਦਾ ਕਿ ਵਾਕਈ ਜਿਹੜਾ ਆ ਉਹ ਕਾਨੂੰਨ ਵੱਖ ਵੱਖ ਵਰਗਾਂ ਲਈ ਵੱਖ ਵੱਖ ਤਰੀਕੇ ਨਾਲ ਹੀ ਅਮਲ 'ਚ ਲਿਆਂਦਾ ਜਾ ਰਿਹਾ, ਖਾਸ ਕਰਕੇ ਸਿੱਖਾਂ ਲਈ ਹੋ ਰਿਹਾ ਤੇ ਹੋਰਾਂ ਵਰਗਾਂ ਲਈ ਹੋ ਰਿਹਾ, ਇਹ ਚਾਹੀਦਾ ਨਹੀਂ ਹੈਗਾ। ਇੱਕੋ ਦੇਸ਼ ਆ ਪੰਜਾਬ, ਵੀ ਦੇਸ਼ ਦਾ ਇੰਡੀਆ ਭਾਰਤ ਦਾ ਹਿੱਸਾ ਆ, ਤੇ ਆਪਾਂ ਇਹ ਇੱਕ ਦੇ ਲਈ ਕਾਨੂੰਨ ਹੋਰ ਅਮਲ 'ਚ ਲਿਆਂਦੇ ਜਾ ਰਿਹਾ, ਸਿੱਖਾਂ ਲਈ ਹੋਰ ਕਾਨੂੰਨ, ਇਹ ਤਾਂ ਪਹਿਲੀਆਂ ਸਰਕਾਰਾਂ ਕਰਦੀਆਂ ਆਈਆਂ ਸੀ ਸ਼ੁਰੂ ਤੋਂ ਲੈ ਕੇ, ਉਹ ਅਲੱਗਦਾ ਹੀ ਲੱਗਦਾ ਸੀ ਸਿੱਖਾਂ ਨੂੰ ਵੀ ਸਾਡੇ ਨਾਲ ਤਾਂ ਇਹ ਬੇਗਾਨਗੀ ਵਾਲਾ ਹੀ ਕੰਮ ਕਰਦੇ ਆ, ਤੇ ਜਦੋਂ ਕੋਈ ਰੌਲਾ ਪਾਉਂਦਾ ਸੀਗਾ ਤਾਂ ਫਿਰ ਉਹ ਕਹਿੰਦੇ ਸੀ ਕਿ ਵੀ ਨਹੀਂ ਜੇ ਇਹ ਤਾਂ ਅੱਤਵਾਦੀ ਹੋ ਗਏ, ਜੇ ਇਹ ਤਾਂ ਵੱਖਵਾਦੀ ਹੋ ਗਏ ਆ, ਤੇ ਜਦੋਂ ਆਪਾਂ ਉਹਨਾਂ ਨਾਲ ਸਲੂਕ ਇਸ ਤਰੀਕੇ ਨਾਲ ਕਰਨਾ ਤੇ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਆਊਗੀ ਵੀ ਸਾਡੇ ਨਾਲ ਇਹ ਜਿਹਾ ਕਿਉਂ ਸਲੂਕ ਕੀਤਾ ਜਾ ਰਿਹਾ। ਸੋ ਖਾਲਸਾ ਏਡ ਨੂੰ ਲੈ ਕੇ ਜਿੱਥੇ ਸਿੱਖ ਭਾਈਚਾਰੇ ਨੇ ਰੋਸ ਪ੍ਰਗਟਾਇਆ, ਵਿਰੋਧ ਕੀਤਾ ਹੀ ਆ, ਉੱਥੇ ਸਿਆਸੀ
ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਜਿਵੇਂ ਸੁਨੀਲ ਜਾਖੜ ਨੇ ਵੀ ਜਾ ਕੇ ਅਮਿਤ ਸ਼ਾਹ ਕੋਲ ਇਹਦੇ ਲਈ ਸਖ਼ਤ ਇਤਰਾਜ਼ ਜਤਾਇਆ ਵੀ ਤੁਸੀਂ ਥੋੜਾ ਜਿਹਾ ਤੇ ਖਿਆਲ ਕਰੋ ਵੀ ਹਰ ਇੱਕ ਤੇ ਨੂੰ ਉਹਨੂੰ ਇੱਕੋ ਰੱਸੇ ਬੰਨੀ ਜਾਂਦੇ ਆ ਜੇ ਤੁਸੀਂ ਗੈਂਗਸਟਰਾਂ ਦੇ ਨਾਲ ਕਿਸੇ ਦਾ ਜੋੜ ਤੋੜ ਦੇਖ ਕੇ ਛਾਪੇ ਮਾਰਦੇ ਆ ਜਾਂ ਫੜਨ ਦੀ ਕੋਸ਼ਿਸ਼ ਕਰਦੇ ਆ ਤੇ ਖਾਲਸਾ ਹੈਡ ਤਾਂ ਉਹਨਾਂ ਨਾਲ ਕੋਈ ਹੈ ਹੀ ਨਹੀਂ ਸੰਬੰਧ ਹੀ ਨਹੀਂ ਇਹ ਤਾਂ ਸੇਵਾ ਭਾਵਨਾ ਨੂੰ ਲੈ ਕੇ ਬਣੀ ਹੋਈ ਆ ਚਾਹੇ ਕਿਤੇ ਹੋਵੇ ਮਤਲਬ ਆਪਣੀ ਜਾਨ ਤੇ ਖੇਡ ਕੇ ਜਾ ਕੇ ਸੇਵਾ ਕਰਕੇ ਆਉਂਦੇ ਆ ਫਿਰ ਚਾਹੇ ਹੜ ਹੋਣ ਭੁਚਾਲ ਹੋਣ ਜੰਗ ਦਾ ਮੈਦਾਨ ਹੋਵੇ ਕੁਛ ਵੀ ਹੋਵੇ ਤੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਨਹੀਂ ਸੀ ਕਰਨਾ ਚਾਹੀਦਾ ਈਵਨ ਕਿ ਕਾਂਗਰਸ ਦੇ ਪ੍ਰਧਾਨ ਨੇ ਸਾਰੀਆਂ ਪਾਰਟੀਆਂ ਨੇ ਤਕਰੀਬਨ ਜਦੋਂ ਅਕਾਲੀਆਂ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੇ ਤਾਂ ਕਰਨਾ ਹੀ ਸੀਗਾ ਪਰ ਸਾਰੀਆਂ ਪਾਰਟੀਆਂ ਨੇ ਹੀ ਇਹਦਾ ਵਿਰੋਧ ਕੀਤਾ ਔਰ ਇਹਦੇ ਤੇ ਸਖ਼ਤ ਇਤਰਾਜ਼ ਕੀਤਾ ਔਰ ਜਦੋਂ ਜਾ ਕੇ ਜਾਖੜ ਦਾ ਉਹਨਾਂ ਨੂੰ ਮਿਲੇ ਆ ਅਮਿਤ ਸ਼ਾਹ ਹੋਰਾਂ ਨੂੰ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਸਖ਼ਤ ਇਤਰਾਜ਼ ਕੀਤਾ ਪਰ ਇਹ ਇਹ ਜਿਹੜਾ ਕੰਮ ਕਰਨਾ ਆ ਇਹਦੇ ਨਾਲ ਪਹਿਲਾਂ ਹੀ ਜਿਹੜੇ ਸਿੱਖ ਭਾਈਚਾਰੇ ਨੂੰ ਇੱਕ ਬੇਗਾਨਗੀ ਇੱਕ ਵੱਖਵਾਦੀ ਤਰੀਕਾ ਸਲੂਕਾ ਸਲੂਕ ਜਿਹੜਾ ਲੱਗਦਾ ਆ ਜਦੋਂ ਇੱਦਾਂ ਕੰਮ ਕਰਦੇ ਆ ਤਾਂ ਉਹਨਾਂ ਦੇ ਵਿੱਚ ਹੋਰ ਭਾਵਨਾ ਜਿਹੜੀ ਆ ਉਹ ਨਫ਼ਰਤ ਵਾਲੀ ਬਣਦੀ ਜਾਂਦੀ ਆ। ਹਾਂਜੀ ਰੀਸੈਂਟਲੀ ਆਪਾਂ ਦੇਖਿਆ ਜੀ ਹੜ੍ਹਾਂ ਦੇ ਵਿੱਚ ਉਹਨਾਂ ਨੇ ਕੋਈ ਭੇਦਭਾਵ ਨਹੀਂ ਰੱਖਿਆ ਹੈਗਾ ਕੋਈ ਕੌਣ ਹੈਗਾ ਕੋਈ ਸਿੱਖ ਆ ਜਾਂ ਕੋਈ ਗੈਰ ਸਿੱਖ ਹੈਗਾ ਕਿਉਂਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਕਿਉਂਕਿ ਜਿਹੜੇ ਰਵੀ ਸਿੰਘ ਆਪਣੇ ਖਾਲਸਾ ਏਡ ਹੈਗੀ ਆ ਸਭ ਦੇ ਇੱਕੋ ਜਿਹਾ ਕਰਦੇ ਨੇ ਮਤਲਬ ਹੜ੍ਹਾਂ ਦੇ ਵਿੱਚ ਰੀਸੈਂਟਲੀ ਸਭ ਨੇ ਦੇਖਿਆ ਹੈਗਾ ਇਹ ਨਹੀਂ ਇਕੱਲੇ ਪੰਜਾਬ ਦੇ ਵਿੱਚ ਹੋਰ ਵੀ ਜਿਹੜੇ ਵੱਖ ਵੱਖ ਸੂਬਿਆਂ ਦੇ ਵਿੱਚ ਹੜ੍ਹ ਆਏ ਸੀਗੇ ਉੱਥੇ ਜਾ ਕੇ ਵੀ ਜੋ ਲੰਗਰ ਪਾਣੀ ਦੀ ਸੇਵਾ ਹੁੰਦੀ ਹੈਗੀ ਆ ਉਸੇ ਤਰ੍ਹਾਂ ਜਿਹੜੀ ਬਰਕਰਾਰ ਸੀ ਲੋਕਾਂ ਨੂੰ ਘਰੋਂ ਕੱਢਣ ਦੇ ਵਿੱਚ ਜਿਹੜੀਆਂ ਬੋਟ ਸੀਗੀਆਂ ਉਹਦੇ ਵਿੱਚ ਬਿਠਾ ਕੇ ਲੋਕਾਂ ਨੂੰ ਸੇਫ ਲੋਕੇਸ਼ਨ ਦੇ ਉੱਤੇ ਜਿਹੜਾ ਪਹੁੰਚਾਇਆ ਗਿਆ ਹੈਗਾ ਕਿਉਂਕਿ ਇਹ ਜ਼ਰੂਰ ਜਿਹੜੀ ਸੈਂਟਰ ਸਰਕਾਰ ਹੈਗੀ ਆ ਉਸ ਨੂੰ ਜ਼ਰੂਰ ਇਸ ਤੋਂ ਜੋ ਵੀ NIA ਡਿਪਾਰਟਮੈਂਟ ਹੈਗਾ ਉਸ ਨੂੰ ਸੋਚਣਾ ਚਾਹੀਦਾ ਸੀਗਾ ਵੀ ਇਹ ਇੱਦਾਂ ਦਾ ਕੁਛ ਨਹੀਂ ਕਰ ਸਕਦੀ। ਹੁਣ ਆਪਾਂ ਹੜ੍ਹਾਂ ਵੱਲ ਹੀ ਵੱਧਦੇ ਹੈਗੇ ਹਾਂ ਗੱਲ ਸਾਹਿਬ ਕੀ ਪੰਜਾਬ ਦੇ ਵਿੱਚ ਜੋ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਨੇ ਫਸਲਾਂ ਤਬਾਹ ਹੋ ਗਈਆਂ ਨੇ ਹੋਰ ਜਿਹੜਾ ਜਾਨੀ ਮਾਲੀ ਨੁਕਸਾਨ ਹੋਇਆ ਹੈਗਾ ਕੀ ਸਰਕਾਰ ਨੇ ਕੁਛ ਅਜੇ ਤੱਕ ਦਿੱਤਾ ਜਾਂ ਕਿ ਹਜੇ ਕੁਛ ਵੀ ਖਾਲੀ ਆ ਜੀ ਝੋਲਾ ਹਜੇ? ਦੇਖੋ ਜੀ ਜੇ ਦਾਅਵੇ ਤਾਂ ਬਹੁਤ ਕੀਤੇ ਆ ਐਲਾਨ ਵੀ ਬਹੁਤ ਕਰ ਦਿੱਤੇ ਆ ਮੁੱਖ ਮੰਤਰੀ ਸਾਹਿਬ ਤੇ ਇੱਕ ਦਿਨ ਉੱਥੇ ਸੁਨਾਮ ਗਏ ਸੀਗੇ ਸ਼ਹੀਦ ਊਧਮ ਸਿੰਘ ਦੇ ਉੱਥੇ ਪਿੰਡ ਤੇ ਉੱਥੇ ਉਨਾਮ ਐਲਾਨ ਕਰਕੇ ਆਏ ਵੀ ਦੇਖੋ ਤੁਸੀਂ ਚਿੰਤਾ ਨਾ ਕਰੋ ਜੇ ਕਿਸੇ ਦੀ ਮੁਰਗੀ ਵੀ ਮਰੀ ਆ ਜੇ ਕਿਸੇ ਦੀ ਬੱਕਰੀ ਵੀ ਮਰੀ ਆ ਤਾਂ ਉਹਦਾ ਵੀ ਮੈਂ ਪੈਸਾ ਦਊਂਗਾ ਪਾਈ ਪਾਈ ਪੈਸਾ ਦਊਂਗਾ ਪਰ ਮੈਂ ਕੇਂਦਰ ਤੋਂ ਅਸੀਂ ਭੀਕ ਨਹੀਂ ਮੰਗਣੀ ਕੇਂਦਰ ਤੋਂ ਐ ਨਹੀਂ ਕਰਨੀ ਇਸ ਤਰੀਕੇ ਨਾਲ ਤਾਂ ਪੰਜਾਬ ਨੂੰ ਡੋਬਣ ਵਾਲੀ ਗੱਲ ਆ ਪੰਜਾਬ ਨੂੰ ਖਤਮ ਕਰਨ ਵਾਲੀ ਗੱਲ ਆ ਵੀ ਇਹਦੇ ਨਾਲ ਆਪਾਂ ਗਰੀਬੀ ਉਹਦੇ ਭੀਖ ਥੋੜੀ ਮੰਗਣ ਜਾਣਾ ਸਾਡਾ ਹੱਕ ਬਣਦਾ ਉਹਦਾ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਵੀ ਉਸੇ ਦੇਸ਼ ਦਾ ਹਿੱਸਾ ਆ ਉਸੇ ਦੇਸ਼ ਦੀ ਸਰਕਾਰ ਕੇਂਦਰ ਦੀ ਉਹਦੇ ਉੱਤੇ ਚੱਲਦੀ ਆ ਤੇ ਜੇ ਆਪਾਂ ਆਪਣਾ ਹਿੱਸਾ ਹੀ ਨਹੀਂ ਲੈਣਾ ਜਾ ਕੇ ਆਪਣਾ ਦਾਅਵਾ ਹੀ ਨਹੀਂ ਆਪਣਾ ਹੱਕ ਹੀ ਨਹੀਂ ਜਿਤਾਉਣਾ ਤਾਂ ਫਿਰ ਕੇਂਦਰ ਆਪਣੇ ਆਪ ਕਿਉਂ ਦਊਗੀ ਉਹਦਾ ਚਾਹੂਗੀ ਠੀਕ ਆ ਨਹੀਂ ਪੰਜਾਬ ਮੰਗਦਾ ਨਾ ਅਸੀਂ ਨਹੀਂ ਪੰਜਾਬ ਨੂੰ ਲੋੜ ਸਾਨੂੰ ਕੀ ਲੋੜ ਅਸੀਂ ਕਾਹਦੇ ਦਈਏ ਸੋ ਹਾਲੇ ਮੁਆਵਜ਼ੇ ਵਾਲੀ ਗੱਲ ਕੋਈ ਲੱਗਦੀ ਨਹੀਂ 218 ਕਰੋੜ ਜਿਹੜਾ ਆ ਕੇਂਦਰ ਨੇ ਜਾਰੀ ਕੀਤਾ ਉਹੀ ਆਇਆ ਪਰ ਹਾਂ ਇਹਨਾਂ ਨੇ 15 ਅਗਸਤ ਤੱਕ ਗਿਰਦਾਵਰੀਆਂ ਦਾ ਕੰਮ ਜ਼ਰੂਰ ਕਹਿ ਦਿੱਤਾ ਆਪਣੇ DC ਨੂੰ SDM ਨੂੰ ਨਾਲ ਤਹਿਸੀਲਦਾਰਾਂ ਨੂੰ ਕਿ 15 ਅਗਸਤ ਤੱਕ ਗਿਰਦਾਵਰੀਆਂ ਕਰੋ ਪਰ ਇਹਨਾਂ ਦਾ ਆਪਣਾ ਹੀ ਬਿਆਨ ਹੁੰਦਾ ਸੀਗਾ ਕਿ ਗਿਰਦਾਵਰੀ ਕਿਉਂ ਕਰਨੀ ਗਿਰਦਾਵਰੀ ਤੋਂ ਪਹਿਲਾਂ ਹੀ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਘੱਟੋ ਘੱਟ 20,000 ਤੇ ਮਿਲੇ ਤਾਂ ਕਿ ਅਗਲਾ ਆਪਣਾ ਗੁਜ਼ਾਰਾ ਗੁਜ਼ਰ ਬਸਰ ਤਾਂ ਕਰ ਸਕੇ ਜਿਹਨਾਂ ਦੇ ਕੋਲ ਦਾਣੇ ਤੱਕ ਵੀ ਨਹੀਂ ਰਹੇ ਫਸਲ ਤਾਂ ਇੱਕ ਪਾਸੇ ਰਹੀ ਤੇ ਉਹਦੇ ਕੋਲ ਕੱਖ ਵੀ ਨਹੀਂ ਬਚਿਆ ਉਹਨੂੰ ਆਪਾਂ ਜੇ ਗਿਰਦਾਵਰੀ ਤੱਕ ਵੇਟ ਕਰਦੇ ਰਹਾਂਗੇ ਇਹ ਮੁੱਖ ਮੰਤਰੀ ਸਾਹਿਬ ਦੇ ਬੋਲ ਸੀਗੇ ਪਰ ਅੱਜ ਹੁਣ ਉਹ ਆਪਣੇ ਬੋਲਾਂ ਤੋਂ ਉਲਟ ਜਾ ਕੇ ਉਹਨਾਂ ਨੇ ਇਹ ਕਹਿਤਾ ਦੇਖੋ ਜੀ 15 ਅਗਸਤ ਤੱਕ ਮੈਂ ਕਹਿਤਾ ਗਿਰਦਾਵਰੀਆਂ ਦੀ ਰਿਪੋਰਟ ਆਊਗੀ ਤੇ ਉਸ ਤੋਂ ਬਾਅਦ ਫਿਰ ਹਾਲੇ ਤੱਕ ਐਲਾਨ ਕੁਛ ਨਹੀਂ ਕੀਤਾ ਆ ਤੇ ਨਾ ਕੁਛ ਦੇਣ ਦਾ ਨਾ ਕੁਛ ਮੁਆਵਜ਼ੇ ਦਾ ਇਹ ਜ਼ਰੂਰ ਕਿਹਾ ਕਿ 1500 ਕਰੋੜ ਦਾ ਨੁਕਸਾਨ ਹੋ ਗਿਆ ਕੈਬਨਿਟ ਦੀ ਮੀਟਿੰਗ 'ਚ ਪਰ ਉਹ ਵੀ ਅੰਕੜੇ ਵੱਖ ਵੱਖ ਦੱਸਦੇ ਆ ਪਹਿਲਾਂ 1000 ਕਰੋੜ ਦਿੱਤਾ ਸੀ ਮੁੱਖ ਮੰਤਰੀ ਨੇ ਫਿਰ 1500 ਕਹਿਤਾ ਇਹਨਾਂ ਦੇ MP ਜਿਹੜੇ ਆ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਦੇ ਆ ਸੀ ਪੰਜਾਬ ਦੇ ਹੜ੍ਹਾਂ ਲਈ ਸਾਨੂੰ ਕੇਂਦਰ ਤੋਂ ਪੈਸਾ ਮਿਲੇ ਉਹ 20,000 ਕਰੋੜ ਕਹਿ ਰਹੇ ਆ ਤੇ ਵਿਰੋਧੀ ਪਾਰਟੀਆਂ ਕਰ ਰਹੀਆਂ 10,000 ਕਰੋੜ ਦਾ ਨੁਕਸਾਨ ਹੋਇਆ ਅੰਦਾਜ਼ਾ ਅਜੇ ਕੁਛ ਨਹੀਂ ਲਾਇਆ ਆਕਲਨ ਕੁਛ ਨਹੀਂ ਕੀਤਾ ਅਨੁਮਾਨ ਕੁਛ ਨਹੀਂ ਲਾਇਆ ਬਸ ਹਵਾ ਦੇ ਵਿੱਚ ਹੀ ਆ ਤੇ ਉਹ ਵਿਚਾਰੇ ਮੈਨੂੰ ਲੱਗਦਾ ਵੀ ਜਿਹਨਾਂ ਦੇ ਬੁਰਾ ਹਾਲ ਹੋ ਗਿਆ ਹੜ੍ਹਾਂ ਦੇ ਵਿੱਚ ਨਾ ਪਸ਼ੂ ਰਹੇ ਨਾ ਮਾਲ ਡੰਗਰ ਸਭ ਜਾਂਦਾ ਲੱਗਾ ਜਿਹੜੇ ਘਰ 'ਚ ਦਾਣੇ ਪੱਕਾ ਪਿਆ ਸੀ ਉਹ ਵੀ ਕਿਤੇ ਖਤਮ ਹੋ ਗਿਆ ਤੇ ਉਹਨਾਂ ਨੂੰ ਵਿਚਾਰੇ ਆਸ ਲਾਈ ਬੈਠੇ ਆ ਦੇਖੋ ਸਰਕਾਰ ਕਦੋਂ ਵੜਦੀ ਆ ਪਰ ਫਿਲਹਾਲ ਅਜੇ ਗਰਾਊਂਡ ਲੈਵਲ ਤੇ ਜੇ ਦੇਖਿਆ ਜਾਵੇ ਤੇ ਉਹਨਾਂ ਦੇ ਪੱਲੇ ਹੜ੍ਹ ਮਾਰਿਆਂ ਨੂੰ ਰੱਬ ਦੇ ਸਹਾਰੇ ਹੀ ਛੱਡਿਆ ਹੋਇਆ। ਜੀ ਗੱਲ ਕਰਦੇ ਹਾਂ ਹੁਣ ਗੈਂਗਸਟਰ ਵਿਕਰਮ ਬਰਾੜ ਉਹਨਾਂ ਨੂੰ ਕਹਿੰਦੇ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਸੀਗਾ ਲਾਰੈਂਸ ਬਰੋਸ਼ ਦਾ ਸਾਥੀ ਸੀਗੇ
ਜੀ ਜੀ ਇਹਦੇ ਨਾਲ ਇੱਕ ਹੋਰ ਵੀ ਆ ਵਿਕਰਮ ਬਰਾੜ ਵੀ ਦੁਬਈ ਤੋਂ ਲਿਆਂਦਾ ਤੇ ਉਧਰੋਂ ਇੱਕ ਸਚਿਨ ਬਿਸ਼ਨੋਈ ਵੀ ਆ ਜੀ ਜਿਹੜਾ ਕਿ ਲਾਰੈਂਸ ਦਾ ਭਾਣਜਾ ਦੱਸਿਆ ਜਾਂਦਾ ਉਹ ਵੀ ਮੂਸੇ ਵਾਲੇ ਕਤਲਕਾਂਡ ਦੇ ਸਾਜ਼ਿਸ਼ ਮੁੱਖ ਸਾਜ਼ਿਸ਼ਾਂ ਦੇ ਵਿੱਚ ਸੀ ਫੇਕ ਪਾਸਪੋਰਟ ਬਣਾ ਕੇ ਅਜ਼ਰਬਾਈਜਾਨ ਦੌੜ ਗਿਆ ਸੀਗਾ ਭਜਾਤਾ ਸੀਗਾ ਮੂਸੇ ਵਾਲੇ ਦੇ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਥੋੜਾ ਦਿਨ ਪਹਿਲਾਂ ਤੇ ਇਹ ਇਹਨੂੰ ਵੀ ਉੱਥੋਂ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕਰਕੇ ਦੁਬਈ ਲਿਆਂਦਾ ਦੁਬਈ ਤੋਂ ਫਿਰ ਦਿੱਲੀ ਪੁਲਿਸ ਜਿਹੜੀ ਕ੍ਰਾਈਮ ਸੈੱਲ ਲੈ ਕੇ ਆਈ ਤਾਂ ਉਹ ਵੱਡੇ ਵੱਡੇ ਖੁਲਾਸੇ ਕਰ ਰਹੀ ਆ ਵਿਕਰਮ ਬਰਾੜ ਵੀ ਉਹਨਾਂ ਦੇ ਵਿੱਚ ਹੀ ਸ਼ਾਮਿਲ ਦੱਸਿਆ ਜਾ ਰਿਹਾ ਹੈ ਪਰ ਇਹਨਾਂ ਦੀ ਸਾਰੀ ਸਾਜ਼ਿਸ਼ ਜਿਹੜੀ ਸੀਗੀ ਉਹ ਦੱਸਦਾ ਉਹ ਜਿਵੇਂ ਸਚਿਨ ਬਿਸ਼ਨੋਈ ਦੱਸ ਰਿਹਾ ਦਿੱਲੀ ਪੁਲਿਸ ਨੂੰ ਕਿ ਸਾਰਾ ਕੁਝ ਕਮਾਂਡ ਉਹ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਤੋਂ ਤਿਹਾੜ ਜੇਲ੍ਹ ਤੋਂ ਕਰ ਰਿਹਾ ਸੀਗਾ ਫੋਨ ਦੇ ਨਾਲ ਸੰਪਰਕ ਦੇ ਵਿੱਚ ਗੋਲਡੀ ਬਰਾੜ ਦੇ ਨਾਲ ਵੀ ਸੰਪਰਕ ਤੇ ਸੀਗਾ ਇੱਧਰ ਜਿਹੜੇ ਸ਼ੂਟਰ ਹੋਰ ਸੀਗੇ ਉਹਨਾਂ ਨਾਲ ਵੀ ਸੰਪਰਕ ਸੀ ਤਿੰਨ ਚਾਰ ਜਣੇ ਸੰਪਰਕ ਦੇ ਵਿੱਚ ਸੀਗੇ ਤੇ ਇਹਨੇ ਸਚਿਨ ਬਿਸ਼ਨੋਈ ਨੇ ਜਿਹੜੀ ਉਹ ਬਲੈਰੋ ਗੱਡੀ ਜਿਹਨੇ ਪਿੱਛਾ ਕੀਤਾ ਸੀਗਾ ਸਿੱਧੂ ਮੂਸੇਵਾਲੇ ਦੇ ਜੀਪ ਦਾ ਉਹ ਬਲੈਰੋ ਗੱਡੀ ਇਹਨੇ ਹੀ ਪਰਿਆਵਰਤ ਫੌਜੀ ਜਿਹੜਾ ਫੜਿਆ ਹੋਇਆ ਆ ਸ਼ੂਟਰ ਉਹਦੇ ਤੋਂ ਇਹਨੇ ਨੇ ਅਰੇਂਜ ਕਰਕੇ ਦਿੱਤੀ ਸੀ ਰਾਜਸਥਾਨ ਦੇ ਰਾਹੀਂ ਸੋ ਇਹ ਮੇਨ ਜਿਹੜੇ ਜੇ ਕਹੀਏ ਸਾਜ਼ਿਸ਼ਾਂ ਦੇ ਵਿੱਚ ਸੀ ਸਚਿਨ ਬਿਸ਼ਨੋਈ ਉਹ ਵੀ ਹੁਣ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਆ ਪੰਜਾਬ ਪੁਲਿਸ ਉਹਦੀ ਰਿਮਾਂਡ ਲੈਣ ਨੂੰ ਕਰਦੀ ਆ ਰਿਮਾਂਡ ਲੈ ਕੇ ਪੰਜਾਬ ਵੀ ਲੈ ਕੇ ਆਉਣਗੇ ਇਸੇ ਤਰ੍ਹਾਂ ਵਿਕਰਮ ਬਰਾੜ ਜਿਹੜਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਸਾਜ਼ਿਸ਼ਾਂ ਦੇ ਵਿੱਚ ਹੀ ਸ਼ਾਮਿਲ ਦੱਸਿਆ ਗਿਆ ਸੀ ਦਿੱਲੀ ਪੁਲਿਸ ਉਹਨੂੰ ਵੀ ਦੁਬਈ ਤੋਂ ਫੜ ਕੇ ਲਿਆਈ ਆ ਤੇ ਉਹਨੂੰ ਵੀ ਹੁਣ ਪੰਜਾਬ ਲਿਆ ਕੇ ਫਰੀਦਕੋਟ ਦੀ ਇੱਥੇ ਅਦਾਲਤ 'ਚ ਪੇਸ਼ ਕੀਤਾ ਹੁਣ ਪੰਜਾਬ ਪੁਲਿਸ ਦੇ ਰਿਮਾਂਡ ਦੇ ਉੱਤੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਹੋਰ ਕਿੰਨੇ ਕੁ ਖੁਲਾਸੇ ਹੁੰਦੇ ਆ ਪਰ ਜਿਵੇਂ ਜਿਵੇਂ ਸਮਾਂ ਲੰਘਿਆ ਜਾਂਦਾ ਆ ਕੋਈ ਇਨਸਾਫ਼ ਦੀ ਜੇ ਕਹਾਂਗੇ ਨਾ ਵੀ ਜਦੋਂ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਜਿਹਦਾ ਸਮਾਂ ਲੰਘਿਆ ਜਾਂਦਾ ਉਹ ਐਂ ਲੱਗਦਾ ਵੀ ਜਿਵੇਂ ਇਨਸਾਫ਼ ਵਾਲੀ ਗੱਲ ਕੋਈ ਨਹੀਂ ਖੁਲਾਸੇ ਬਥੇਰੇ ਹੋਈ ਜਾਂਦੇ ਆ ਤੇ ਉਹਦੇ ਵਿੱਚ ਹਥਿਆਰ ਵੀ ਉਹਨਾਂ ਨੂੰ ਲੱਗੀ ਜਾਂਦਾ ਵੀ ਇੱਥੋਂ ਆਇਆ ਸੀ ਹਥਿਆਰ ਉੱਥੋਂ ਆਇਆ ਸੀ ਪਾਕਿਸਤਾਨ ਤੋਂ ਆਇਆ ਸੀ ਦੁਬਈ ਤੋਂ ਆਇਆ ਸੀ ਕਈ ਕੁਛ ਹੀ ਆ ਗੱਲਾਂ ਤੋ ਉਹ ਨਵੇਂ ਜਿਹੜੇ ਦੋ ਚੀਜ਼ਾਂ ਡਿਵੈਲਪਮੈਂਟ ਹੋਈਆਂ ਇਹ ਦੋ ਜਣੇ ਫੜੇ ਆ ਇਹਨਾਂ ਤੋਂ ਹੁਣ ਰਿਮਾਂਡ ਤੇ ਚੱਲਣ ਰਹੇ ਆ ਹੋਰ ਖੁਲਾਸੇ ਕੀ ਹੁੰਦੇ ਆ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਹਾਂਜੀ ਗੱਲ ਕਰੀਏ ਜਿਹੜਾ ਹੈਗਾ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੇ ਆਪਾਂ ਗੱਲ ਕਰਦੇ ਹਾਂ ਜੀ ਹਜੇ ਤੱਕ ਬਿਲਕੁਲ ਹੁੰਦਾ ਜਿਹੜੀ ਭਾਵੇਂ ਸਿੱਧੂ ਮੂਸੇਵਾਲੇ ਦੇ ਕੋਈ ਦਿਖਾਈ ਨਜ਼ਰ ਨਹੀਂ ਆ ਰਿਹਾ ਹੈਗਾ ਜੇ ਆਪਾਂ ਕੁਛ ਦਹਾਕੇ ਪਹਿਲਾਂ ਦੀ ਗੱਲ ਕਰੀਏ 1984 ਦੇ ਵਿੱਚ ਜੋ ਕਿ ਜਗਦੀਸ਼ ਟੈਟਲਰ ਸੀਗਾ ਹਜੇ ਤੱਕ ਤਾਂ ਉਹਨਾਂ ਨੂੰ ਵੀ ਜਿਹੜੀਆਂ ਸਜ਼ਾਵਾਂ ਨਹੀਂ ਮਿਲੀਆਂ ਹੈਗੀਆਂ ਨਾਲੇ ਸ਼ਰੇਆਮ ਪਤਾ ਹੈਗਾ ਉਹਨਾਂ ਨੇ ਜਿਹੜਾ ਉੱਥੇ ਜਿਹੜਾ ਕਤਲੇਆਮ ਕਰਵਾਇਆ ਹੈਗਾ ਕਹਿ ਕੇ ਪਰ ਹਜੇ ਤੱਕ ਤਾਂ ਉਹਨਾਂ ਨੂੰ ਵੀ ਜਿਹੜੀਆਂ ਸਜ਼ਾਵਾਂ ਨਹੀਂ ਮਿਲੀਆਂ ਲੋਕਾਂ ਨੂੰ ਬੇਘਰ ਕੀਤਾ ਗਿਆ ਬੱਚੇ ਨਹੀਂ ਦੇਖੇ ਗਏ ਹੈਗੇ ਅਤੇ ਉਹਨਾਂ ਨੂੰ ਜਿਹੜੀ ਹੈ ਜ਼ਮਾਨਤ ਫਿਰ ਮਿਲ ਗਈ ਹੈਗੀ ਹੈ ਕੀ ਸਰਕਾਰਾਂ ਕੀ ਕਰ ਰਹੀਆਂ ਨੇ ਜੀ ਦੇਖੋ ਜੀ ਪਹਿਲੀ ਗੱਲ ਤਾਂ 39 ਸਾਲਾਂ ਬਾਅਦ ਅਦਾਲਤ ਨੇ ਪਹਿਲੀ ਵਾਰ ਜਗਦੀਸ਼ ਟਾਈਟਲਰ ਨੂੰ ਸੰਮਣ ਕੀਤਾ ਸੀ ਪਰ ਸੰਮਣ ਕਰਕੇ 5 ਅਗਸਤ ਨੂੰ ਅਦਾਲਤ ਵਿੱਚ ਪਰਸਨਲੀ ਮਤਲਬ ਨਿੱਜੀ ਤੌਰ ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਮਤਲਬ ਅੱਜ 5 ਅਗਸਤ ਨੂੰ ਇਹਨੇ ਇਸ ਤੋਂ ਪਹਿਲਾਂ ਉਹ ਅਗਰਿਮ ਅਗਾਊਂ ਜਮਾਤ ਦੀ ਅਰਜ਼ੀ ਲਾਉਂਦਾ ਆ ਉਹ ਅਰਜ਼ੀ ਜਿਹੜੀ ਉਹ ਕੋਰਟ ਜਿਹੜਾ ਆ ਰਾਊਸ ਅਦਾਲਤ ਆ ਉਹ ਰਾਖਵਾਂ ਰੱਖ ਲੈਂਦੀ ਆ ਰਾਖਵਾਂ ਰੱਖ ਕੇ ਤੇ 4 ਨੂੰ ਉਹ ਫੈਸਲਾ ਸੁਣਾ ਕੇ ਤੇ ਉਹਨੂੰ ਜਮਾਤ ਦੇ ਦਿੰਦੀ ਆ ਹੁਣ ਸਿਸਟਮ ਸਾਡਾ ਹੁਣ ਦੇਖ ਲਓ ਚਾਹੇ ਨਿਆਂ ਪ੍ਰਣਾਲੀ ਤੇ ਆਪਾਂ ਹੁਣ ਉਂਗਲ ਤਾਂ ਚੁੱਕ ਨਹੀਂ ਸਕਦੇ ਜੱਜ ਸਾਹਿਬ ਦੇ ਉੱਤੇ ਕੋਈ ਉਂਗਲੀ ਟਿੱਪਣੀ ਨਹੀਂ ਕਰ ਸਕਦੇ ਪਰ ਨਿਆਂ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਤਾਂ ਹੀ ਬਚੂਗਾ ਦੇਖੋ ਚਾਰਜਸ਼ੀਟ CBI ਦੀ ਦਿੱਤੀ ਹੋਈ ਆ ਚਾਰਜਸ਼ੀਟ ਦੇ ਵਿੱਚ ਸਾਰੇ ਇਲਜ਼ਾਮ ਆ ਸਾਰੇ ਗਵਾਹਾਂ ਦੇ ਬਿਆਨ ਆ ਔਰ ਚਾਰਜਸ਼ੀਟ ਦੇ ਵਿੱਚ ਉਹ ਦੱਸ ਰਹੇ ਆ ਵੀ ਉਸ ਸਮੇਂ ਪੁੱਲ ਮੰਗਸ਼ ਵਿੱਚ ਜਦੋਂ 3 ਸਿੱਖਾਂ ਨੂੰ ਮਾਰਿਆ ਗਿਆ ਸੀ ਤੇ ਉਦੋਂ ਇਹੀ ਜਿਹੜਾ ਜਗਦੀਸ਼ ਟਾਈਟਲਰ ਆ ਉੱਚੀ ਉੱਚੀ ਆਵਾਜ਼ 'ਚ ਆ ਕੇ ਰੌਲਾ ਪਾਉਂਦਾ ਸੀ ਵੀ ਸਿੱਖ ਛੱਡੇ ਨਾ ਜਾਣ ਸਿੱਖਾਂ ਨੂੰ ਮਾਰ ਦਿੱਤਾ ਜਾਵੇ ਔਰ ਉਹਨੇ ਕਿਹਾ ਸੀਗਾ ਵੀ ਜਿਸ ਹਲਕੇ ਦੇ ਵਿੱਚ ਜ਼ਿਆਦਾ ਮਾਰੇ ਜਾਣਗੇ ਸਿੱਖ ਉਹਨਾਂ ਨੂੰ ਅਵਾਰਡ ਦਿੱਤਾ ਜਾਊਗਾ ਉਹਨਾਂ ਦੇ ਆਵਾਜ਼ ਦੇ ਫਿਰ ਨਮੂਨੇ ਜਿਹੜੇ ਆ ਉਹ ਟੈਸਟ ਕੀਤੇ ਗਏ ਆ ਨਮੂਨੇ ਪਾਸ ਹੋ ਗਏ ਸਾਰਾ ਕੁਛ ਹੋਣ ਦੇ ਨਾਲ ਗਵਾਹੀਆਂ ਹੋ ਗਈਆਂ ਚਾਰਜਸ਼ੀਟ ਹੋ ਗਈ ਉਸ ਦੇ ਬਾਵਜੂਦ ਜਦੋਂ ਫਿਰ ਅਦਾਲਤ ਵੱਲੋਂ ਇਹਦਾ ਜ਼ਮਾਨਤ ਮਿਲ ਜਾਣੀ ਤੇ ਫਿਰ ਉਹ ਕਿਤੇ ਨਾ ਕਿਤੇ ਆਸ ਜਿਹੜੀ ਆ ਇਨਸਾਫ ਦੀ ਉਹ ਮੱਧਮ ਪੈਂਦੀ ਨਜ਼ਰ ਆਉਂਦੀ ਆ ਤੇ ਉਹਦੇ ਲਈ ਫਿਰ ਬੜਾ ਰੋਸ ਸੀਗਾ ਬੜੇ ਉਹ ਜਿਹੜੀਆਂ ਇਸ 84 ਤੋਂ ਪੀੜਤ ਸੀਗੀਆਂ ਬੀਬੀਆਂ ਜਿਹੜੀਆਂ ਜਿਹਨਾਂ ਉਦੋਂ ਉਮਰ ਬਹੁਤ ਛੋਟੀ ਸੀਗੀ ਹੁਣ ਉਹ ਬਜ਼ੁਰਗ ਅਵਸਥਾ ਦੇ ਵਿੱਚ 39 ਸਾਲ ਹੋ ਗਏ ਲੜਾਈ ਲੜਦਿਆਂ ਨੂੰ ਤੇ ਅੱਜ ਉਹ ਉੱਥੇ ਜੱਜ ਸਾਹਮਣੇ ਵੀ ਉਹਨਾਂ ਨੇ ਭਾਵੁਕ ਹੋਈਆਂ ਵਿਰਲਾਪ ਕੀਤਾ ਉਹਨਾਂ ਨੇ ਰੋਈਆਂ ਬਹੁਤ ਤੇ ਜੇ ਅੱਜ ਹੁਣ ਇਨਸਾਫ਼ ਦੀ ਘੜੀ ਆ ਗਈ ਤੇ ਅਦਾਲਤ ਨੇ ਚੱਕ ਕੇ ਉਹਨੂੰ ਜ਼ਮਾਨਤ ਦੇ ਦਿੱਤਾ ਹਾਲਾਂਕਿ CBI ਦਾ ਬੜਾ ਕੰਟੈਂਟ ਸੀਗਾ ਉਹਦੇ ਵਿੱਚ ਬੜਾ ਉਹਨੇ ਜ਼ੋਰ ਲਾਇਆ ਤੇ ਇਹ ਜਿਹਨੂੰ ਜਮਾਨਤ ਦੇ ਦਿੱਤੀ ਤਾਂ ਇਹਨੂੰ ਇਹ ਆਪਣੇ ਗਵਾਹਾਂ ਨੂੰ ਧਮਕਾਊਗਾ ਆਪਣੀ ਮਰਜ਼ੀ ਕਰੂਗਾ ਉਹਨਾਂ ਰੌਲਾ ਜਿਵੇਂ ਚਾਹੁੰਦਾ ਹੋਊਗਾ ਉਸ ਤਰੀਕੇ ਨਾਲ ਰਸੂਖ ਵਾਲਾ ਬੰਦਾ ਹੈਗਾ ਹੁਣ ਕਾਂਗਰਸ ਨੇ ਵੀ ਉਹਨੂੰ 70 ਸਾਲ ਦੇਖੋ ਕਾਂਗਰਸ ਦਾ ਰਾਜ ਰਿਹਾ ਹੁਣ ਤਾਂ ਕਾਂਗਰਸ ਦਾ ਰਾਜ ਹੈ ਨੀ ਹੁਣ ਤਾਂ BJP ਦਾ ਰਾਜ ਆ ਤੇ 2014 ਦੇ ਵਿੱਚ BJP ਕਹਿ ਕੇ ਆਈ ਸੀ ਵੀ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਹੁਣ ਸੱਜਣ ਕੁਮਾਰ ਦੇ ਅੰਦਰ ਚੱਲਣ ਡਿਆ ਪਰ ਮੇਨ ਕੌਂਸਪਰੇਟਰ ਮੇਨ ਦੋਸ਼ੀ ਜਿਹੜਾ ਮੰਨਿਆ ਗਿਆ
ਉਹ ਤਾਂ ਹੈ ਹੀ ਇਹ ਜਗਦੀਸ਼ ਟਾਈਟਲਰ ਆ, ਤੇ ਜਦੋਂ ਹੁਣ ਇੱਕ ਵਾਰ ਫਿਰ ਉਹਨੂੰ ਜਮਾਤ ਦੇਤੀ ਆ, ਖੈਰ ਚਲੋ ਇਹਦੇ ਲਈ ਹਜੇ ਆਪਸ਼ਨ ਹੈਗੀ ਆ ਸਾਡੇ 84 ਪੀੜਤਾਂ ਕੋਲ ਜਿਹੜੇ ਕੇਸ ਲੜਦੇ ਆ ਉਹ ਹਾਈਕੋਰਟ ਜਾਣਗੇ, ਹਾਈਕੋਰਟ ਤੋਂ ਫਿਰ ਗਾਂ ਸੁਪਰੀਮ ਕੋਰਟ ਵੀ ਜਾਣਗੇ, ਉਹ ਤੋਂ ਬਾਅਦ ਕੀ ਉਹਦੀ ਜਮਾਤ ਰੱਦ ਹੁੰਦੀ ਆ ਜਾਂ ਨਹੀਂ ਹੁੰਦੀ ਆ, ਉਹਨੂੰ ਗ੍ਰਿਫਤਾਰ ਕਰਦੇ ਆ ਨਹੀਂ ਕਰਦੇ, ਉਹ ਦੇਖਣ ਵਾਲੀ ਗੱਲ ਹੋਊਗਾ। हाँ जी, गल करिए हुण आपां तनमनजीत सिंह ढेसी जो कि यूके तो अपने संसद मैंबर ने जदों एयरपोर्ट दे पहुंचे काफ़ी उन्हां दी जिहड़ी आलमोस्ट 2 घंटे तक जिहड़ी पुछगिछ उन्हां तों करदे रहे, ते क्योंकि उन्होंने किसानी अंदोलन दे विच किसानां दी मदद कीती सी, क्योंकि ये नतीजा जिहड़ा हैगा जे आपां किसानां दी कोई हैल्प करदा हैगा तां तुहानूं एयरपोर्ट दे उपर खज्जल खराबी हुंदी आ, इत्थों भी जदों जे कोई पंजाब दी हैल्प करदा हैगा तां तुहानूं एयरपोर्ट दे उत्ते तुहाडी बहुत ज़्यादा पुछगिछ करदे ने। जी गल साहब। हाँ बिल्कुल, यही उस तरह खालसा एड की तरह ही सारे अचंभा होया, हैरानी हुई जो इंग्लैंड के सिख संसद मैंबर तनमनजीत सिंह ढेसी अमृतसर एयरपोर्ट से 2 घंटे तो बाद समा रोक ही रखा, उन्होंने ये दसया गया भी थोड़ा OCI कार्ड जो खत्म हो चुका है, दस्तावेज थोड़े को पूरे नहीं है, फिर उन्होंने दिल्ली एम्बेसी कित गल कराई गई, फिर कित जाके उन्होंने जान दिता गया, पर फिर उन्हें फिर बाद दूसरे दिन बड़े खुलासे किए भी मैं पता वे क्यों किया गया, मैं इसका सारे कारण पता आ, क्योंकि किसान अंदोलन दौरान मैं किसानों की गल की सी, उस तो बाद फिर वह गाहे बगाहे उत्थे सिख भाईचारे दियां सिखां दियां गल्लां पता वो सारा ऐन पूरे जोर शोर ना करता आ, ते उही फिर इन्हां दियां अखां च रड़कदा सीगा, इस करके उहदे नाल इंज कीता गया, पर इह फिर उत्थे गल आ जांदी फिर फलसा हेठ वांगू ही, एक बार फिर जदों सरदार दे नाल सिख दा लै हुंदा ते उहनां नूं फिर उही आवे बेगानगी दा अहसास कराउण वाली गल हो जांदी आ जिहड़ी कि नहीं होनी चाहीदी आ। क्योंकि देखिए जी गिल साहब, अपने है ना पंजाब नूं पता नहीं क्यों जो भारत अपना हिस्सा मानता नहीं, मतरेई माँ वाला जो सलूक करता है, भावें साडी सेंटर सरकार हैगी कदे भी उन्हें अपना पंजाब नूं सांभिया ही नहीं है, देखिया ही नहीं है। गल करिए सेम हुण हरियाणे दे विच जिहड़ियां ने कारां साड़ी गईआं, किन्ना नुकसान होया उत्थे हैगा, मणिपुर विच उधर भी जिहड़ा हैगा काफ़ी नुकसान होया। बिल्कुल, यह भी गल काफी सोशल मीडिया से चल रही है भी जे अजनाले एक थाने ते हमला होया ते उत्थे चक के उन्होंने NSA लाता जी, ते इत्थे ते थाने फूक दिता सी उन्होंने, इत्थे हरियाणे दे विच जो कुछ तांडव होया किन्ने दिन हो गए हुंदिया नूं, उहदे बावजूद भी कोई NSA नहीं, कोई कुछ नहीं, कोई गिरफ्तारी बहुत चज नहीं, ठीक है गिरफ्तारी कीतियां आ, पर उह गल उत्थे आ जांदी ना फिर उहनां लई कानून वखरा ते इधर कानून वखरा, ते इह चीज़ां जिहड़ियां आ इस गल होर बल दिंदियां पे इन्हां दे नाल क्यों इस तरीके नाल हो रहा है। जो अजनाले होया सी तां अमृतपाल होना दे नाल सारे जिन्ने सीगे सारे ते NSA लाता सीगा, पर जदों इधर हुण हरियाणे ते काम होया ते फिर उत्थे कदे लगता दिखदा नहीं हैगा कि कुछ भी इन्हां ने कीता होवे, सो इह गल सारी इस करके आउंदी आ, ते उहनां ते भी इह बणदा सीगा NSA लगण दा, पर इतना कीता नहीं उहनां ने, हालांकि ये डिमांड सोशल मीडिया से आम लोग जोड़े आ इस वर्ग न संबंधित आ सारे इस गल लैके बड़े रोस पाया जाता भी इन्ने क खिते च ही एक पासे कानून का अमल वखरा तो दूजे पासे कानून का वखरा अमल। जी क्योंकि क्योंकि उही गल आ गई जी जिथे सिंह दे सरदार तुसीं कहा हैगा जी लग जाता कि ना हैगा ते सरदार बंदा हुंदा ते जां सिंह हुंदा उहनूं मल्लो मल्ली हत्थी चकदे ने भी इह क्यों पंजाब दी जिहड़ी हैल्प करदा हैगा। जी गल करिए जी आपां टमाटरां दी, टमाटर काफ़ी महंगे होए ने क्योंकि अपने जी राज भवन दे विच भी कहिंदे जी टमाटरां सब्जियां दे विच नहीं पाए जाणगे, की किन्ना कु उहदे नाल फर्क पै जूगा, जिहड़ी होर रिश्वतखोरी साडे भारत दे विच चलदी हैगी आ जे उही बंद हो जावे ते टमाटरां दे नाल किन्ना 5-4 लाख दे होणगे वध तों वध, पर जिहड़ी आपदी रिश्वतखोरी नहीं बंद करनी पर जिहड़े उत्थे जिहड़े टमाटरां दी उहनां ने खरीददारी कहिंदी हैगी आ सो फार बंद कर दित्ती गई आ। जी बिल्कुल जी, टमाटर हुण आम लोकां दे पहुंच तों तो बाहर हो ही गए आ, क्योंकि 300-250 किलो दे रुपये दे किलो हिसाब नाल चलण डिया, ਕਿਹੜਾ ਪਾਊਗਾ ਵਜੇ ਕਹੀਏ ਆਪਾਂ ਵੀ ਟਮਾਟਰ ਪੂਰਾ ਲਾਲ ਹੋ ਗਿਆ ਤੇ ਉਹ ਲਾਲ ਜ਼ਿਆਦਾ ਹੀ ਹੋ ਗਿਆ, ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ, ਤੇ ਹੁਣ ਉਹ ਜਿੱਥੇ ਉਹ ਵੱਡੀਆਂ ਵੱਡੀਆਂ ਕੰਪਨੀਆਂ ਆ ਮੈਕਡੋਨਲਡ ਆ ਫਿਰ ਹੋਰ ਜਿਹੜੇ ਆ ਆਪਾਂ ਫਾਸਟ ਫੂਡ ਵਾਲੀਆਂ ਜਿਹੜੀਆਂ ਕੰਪਨੀਆਂ ਉਹਨਾਂ ਨੇ ਵੀ ਐਲਾਨ ਕਰਤਾ ਸੀਗਾ ਵੀ ਲੈ ਵੀ ਅਸੀਂ ਤਾਂ ਨਹੀਂ ਹੁਣ ਸਾਬੇ ਵਾਲਿਆਂ ਨੇ ਵੀ ਕਹਿਤਾ ਸੀ ਵੀ ਟਮਾਟਰ ਨਹੀਂ ਅਸੀਂ ਵਰਤਿਆ ਕਰਨਾ, ਤੇ ਉਹ ਮੈਕਡੋਨਲਡ ਦੇ ਵੀ ਬਰਗਰਾਂ ਦੇ ਵਿੱਚ ਟਮਾਟਰ ਜਿਹੜਾ ਆ ਉਹ ਗਾਇਬ ਹੋ ਗਿਆ ਸੀ, ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਰਾਜਪਾਲ ਆ ਉਹਨੇ ਵੀ ਆਪਣੇ ਰਾਜ ਭਵਨ ਦੇ ਵਿੱਚ ਕਹਿਤਾ ਕਿ ਹੁਣ ਟਮਾਟਰ ਜਿਹੜਾ ਉਹ ਨਾ ਵਰਤਿਆ ਜਾਵੇ, ਉਹ ਚਲੋ ਉਹਨਾਂ ਲਈ ਤਾਂ ਕੋਈ ਗੱਲ ਵੱਡੀ ਨਹੀਂ ਹੈਗੀ ਆ, ਪਰ ਇੱਕ ਉਹਨਾਂ ਨੇ ਮਿਸਾਲ ਦੇਣ ਨੂੰ ਕੀਤੀ ਆ ਕਿ ਤੁਸੀਂ ਟਮਾਟਰ ਨਾ ਹੀ ਖਾਓ ਤਾਂ ਚੰਗੀ ਗੱਲ ਆ।
ਪਰ ਇਹ ਜਿੱਦਾਂ ਕਹਿੰਦੇ ਵੀ ਖਾਣਾ ਲਜ਼ੀਜ਼ ਬਣਾਉਣਾ ਹੋਵੇ ਤਾਂ ਉਹਦੇ ਵਿੱਚ ਕੁਛ ਨਾ ਕੁਛ ਇਹੋ ਜਿਹੀ ਚੀਜ਼ ਪੈਣ ਨੂੰ ਰੱਖੀ ਹੁੰਦੀ ਹੈ, ਪਾਈ ਜਾਂਦੀ ਆ। ਪਰ ਫਿਲਹਾਲ ਜਿਹੜਾ ਆ ਟਮਾਟਰ ਤੋਂ ਬਿਨਾਂ ਗੁਜ਼ਾਰਾ ਕੀਤਾ ਜਾ ਰਿਹਾ, ਪਰ ਦੱਸਿਆ ਜਾਂਦਾ ਵੀ ਆਉਣ ਵਾਲੇ ਇੱਕ ਦੋ ਮਹੀਨਿਆਂ ਦੇ ਵਿੱਚ ਹਜੇ ਵੀ ਇਹਦੀ ਕੋਈ ਆਸ ਨਹੀਂ ਹੈ ਸਸਤਾ ਹੋਣ ਦੀ। ਜੀ ਜੇ ਗਿੱਲ ਸਾਹਿਬ ਤੁਹਾਨੂੰ ਖਬਰ ਦਾ ਪਤਾ ਹੋਵੇ ਤੇ ਗੁਰਦਾਸਪੁਰ ਦੇ ਵਿੱਚ ਕਹਿੰਦੇ ਇੱਕੋ ਘਰ ਦੇ ਵਿੱਚੋਂ 17 ਜਿਹੜੇ ਕੋਬਰਾ ਦੇ ਸੱਪ ਸੀਗੇ, ਸ਼ੌਂਕ ਵੀ ਲੋਕਾਂ ਦੇ ਕੀ ਅਵੱਲੇ ਨੇ, ਕੋਬਰਾ ਸੱਪ ਰੱਖੇ ਹੋਏ ਸੀ ਜੀ, ਜਿਸ ਬਾਰੇ ਤੁਹਾਨੂੰ ਜਾਣਕਾਰੀ ਹੈ? ਇਹਦੇ ਬਾਰੇ ਜਾਣਕਾਰੀ ਨਹੀਂ, ਮੈਂ ਪੜ੍ਹੀ ਨਹੀਂ ਨਿਊਜ਼, ਹੁਣ ਦੀ ਗੱਲ ਹੈ ਜੀ ਜੀ ਇਹ ਰੀਸੈਂਟਲੀ ਜੀ ਗੱਲ ਹੈਗੀ ਹੈ ਜੀ ਜੀ। ਕੋਈ ਨਹੀਂ ਜੀ, ਇਹ ਵੱਖਰ ਵੱਖਰੇ ਜਿਹੜੇ ਲੋਕਾਂ ਦੇ ਸ਼ੌਂਕ ਨੇ ਜੀ, 17 ਜਿਹੜੇ ਸੱਪ ਸੀ ਕੋਬਰਾ ਸ਼ੌਂਕ ਹੀ ਰੱਖੋ ਜੀ, 17 ਸੀਗੇ ਕੋਬਰਾ ਸੱਪ ਸੀਗੇ ਘਰ ਦੇ ਵਿੱਚੋਂ ਰੱਖੇ ਹੋਏ। ਜਾਨਵਰ ਤਾਂ ਜਾਨਵਰ ਹੀ ਆ ਜੇ, ਇਹਦੇ ਨਾਲ ਲਾੜ ਪਿਆਰ ਨਹੀਂ ਕੀਤਾ ਜਾ ਸਕਦਾ। ਫਿਰ ਚਾਹੇ ਸੱਪ ਰੱਖੇ ਹੋਣ, ਚਾਹੇ ਕਈਆਂ ਨੇ ਤੇ ਸ਼ੇਰ ਪਾਲੇ ਹੁੰਦੇ ਆ, ਪਰ ਫਿਰ ਵੀ ਜਾਨਵਰ ਦਾ ਜਿਹੜਾ ਬਿਰਤੀ ਆ ਨਾ ਉਹ ਮਨੁੱਖਾਂ ਪ੍ਰਤੀ ਉਦਾਂ ਦੀ ਰਹਿੰਦੀ ਹੈਗਾ। ਇਸ ਕਰਕੇ ਇਹਦੇ ਨਾਲ ਕੋਈ ਲਾੜ ਵਾਲੀ ਗੱਲ ਜਾਂ ਤੇ ਪਿਆਰ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਦੇਖੋ ਜਿਹਨੂੰ ਕਹਿੰਦੇ ਨਾ ਬਗਲ ਦਾ ਵਿੱਚ ਰੱਖਿਆ ਹੋਇਆ ਸੱਪ, ਉਹ ਕਿਸੇ ਨਾ ਕਿਸੇ ਵੇਲੇ ਡੰਗ ਮਾਰ ਹੀ ਜਾਂਦਾ ਹੁੰਦਾ। ਜਿੰਨਾ ਮਰਜ਼ੀ ਇੱਕ ਦੁੱਧ ਪਿਆ ਦੀ ਕੋਲ ਰੱਖ ਕੇ, ਇਹ ਜਾਨਵਰ ਹੀ ਇੱਦਾਂ ਦਾ ਆ, ਇਹਨੇ ਬਖਸ਼ਣਾ ਨਹੀਂ ਚਾਹੇ ਕੋਈ ਪਾਲਣ ਵਾਲਾ ਹੋਵੇ। ਪਰ ਖੈਰ ਜਿਹਨਾਂ ਨੇ ਰੱਖੇ ਹੋਣਗੇ ਉਹਨਾਂ ਨੂੰ ਜ਼ਿਆਦਾ ਇਹਦੀ ਤਰਕੀਬ ਪਤਾ ਹੋਊ ਕਿਤੇ ਕਿਵੇਂ ਇਹਨੂੰ ਰੱਖਣਾ ਤੇ ਕਿਵੇਂ ਸਾਂਭਣਾ। ਇਹ ਤਾਂ ਜੀ ਤੁਸੀਂ ਤਾਂ ਸੱਪਾਂ ਦੀ ਗੱਲ ਕਰਦੇ, ਇੱਥੇ ਤਾਂ ਅੱਜ ਕੱਲ੍ਹ ਜਿਹੜੇ ਲੋਕ ਨੇ ਆਪਣੇ, ਤੁਸੀਂ ਕਿਸੇ ਦੀ ਹੈਲਪ ਕਰ ਦਿਓ ਉਹ ਤੁਹਾਡੇ ਡੰਗ ਮਾਰਦੇ ਨੇ, ਇਹ ਤਾਂ ਫਿਰ ਜਾਨਵਰ ਨੇ। ਚਲੋ ਜੀ ਆਪਾਂ ਉਸ ਰਸਤੇ ਤੇ ਨਾ ਜਾਂਦੇ ਹੋਏ ਆਪਾਂ ਗੱਲ ਕਰੀਏ, ਇਸ ASI ਸੀਗਾ ਜੀ, ਮਤਲਬ ਇਹਨਾਂ ਦੀਆਂ ਤਨਖਾਹਾਂ ਹੀ ਇੰਨੀਆਂ ਜ਼ਿਆਦਾ ਹੈਗੀਆਂ ਨੇ, ਫਿਰ ਵੀ ਜਿਹੜੇ ਰਿਸ਼ਵਤ ਲੈਣ ਤੋਂ ਜਿਹੜੀ ਪੁਲਿਸ ਦੇ, ਇਹ ਨਹੀਂ ਗਾ ਸਾਰੇ ਕਹਿੰਦੇ, ਪਰ ਜਿਹੜਾ ਨਵਾਂ ਯੂਥ ਆਇਆ ਹੈਗਾ, ਜਿਹੜੇ ਨਵੇਂ ਹੁਣ ਆ ਰਹੇ ਨੇ ਪੜ੍ਹੇ ਲਿਖੇ, ਉਹ ਬਿਲਕੁਲ ਰਿਸ਼ਵਤ ਨਹੀਂ ਲੈਂਦੇ ਹੈਗੇ, ਪਰ ਜਿਹੜੇ ਕੁਛ ਕੁ ਪਰਸੈਂਟ ਹੈਗੇ ਨੇ, 2-4% ਹੈਗੇ ਨੇ, ਅਤੇ ਉਹ ਰਿਸ਼ਵਤ ਤਾਂ ਉਹਨਾਂ ਦਾ ਜੇ ਸ਼ਾਮ ਤੱਕ ਨਾ ਲੈਣ ਉਹ ਤਾਂ ਉਹਨਾਂ ਨੂੰ ਜਿਹੜੀ ਰੋਟੀ ਹਜ਼ਮ ਨਹੀਂ ਆਉਂਦੀ ਹੈਗੀ। ASI ਰਿਸ਼ਵਤ ਲੈਂਦਾ 30,000 ਰੁਪਇਆ ਸੀਗਾ ਜਿਹੜਾ ਕਾਬੂ ਕੀਤਾ ਗਿਆ। ਦੇਖੋ ਸਰਕਾਰਾਂ ਬਹੁਤ ਦਮਗੱਜੇ ਮਾਰਦੀਆਂ ਸੀਗੀਆਂ, ਇਹ ਵੀ ਮਾਰਦੀ ਆਈ ਹੈ, ਰਿਸ਼ਵਤ ਖਤਮ ਕਰ ਦੇਣੀ ਆ। ਈਵਨ ਕਿ ਸੈਂਟਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 2014 'ਚ ਬੜਾ ਪੋਰੋਲਾ ਪਾ ਕੇ ਆਏ ਸੀਗੇ ਵੀ ਮੈਂ ਰਿਸ਼ਵਤ ਨਹੀਂ ਹੁਣ ਖਤਮ ਕਰ ਦੇਣੀ ਆ, ਭ੍ਰਿਸ਼ਟਾਚਾਰ ਖਤਮ ਕਰ ਦੇਣਾ। ਪਰ ਇਹ ਐਸੀ ਦੀਮਕ ਜਿਹਨੂੰ ਸੇਕ ਲੱਗੀ ਹੋਈ ਨਾ ਸਾਡੇ ਸਮਾਜ ਨੂੰ, ਇਹ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਆ। ਕਿ ਇੱਕ ਇਕੱਲਾ 30,000 ਹੀ ਨਹੀਂ, ਮੈਂ ਇੱਕ ਲੱਖ ਰੁਪਏ ਵੀ ਕਿਸੇ ਨੂੰ ਬੰਦੇ ਨੂੰ ਛੱਡਣ ਲਈ, ਕਿਸੇ ਦਾ ਨਾਂ ਵਿੱਚ ਐਡ ਕਰਨ ਲਈ, ਕਿਸੇ ਦਾ ਨਾਂ ਕਢਾਉਣ ਲਈ, ਪਤਾ ਨਹੀਂ ਵੀ ਲੋਕਾਂ ਦੇ ਵਿੱਚ ਵੀ ਕੀ ਹੈ ਵੀ ਉਹਨਾਂ ਨੂੰ ਆਪਣੀ ਕਮਾਈ ਜਿਹੜੀ ਹੈ ਤਨਖਾਹ ਦੇ ਨਾਲ ਰੱਜ ਨਹੀਂ ਆਉਂਦਾ, ਤੇ ਇਸ ਤਰੀਕੇ ਨਾਲ ਉਹ ਰਿਸ਼ਵਤ ਦੇ ਪੈਸਿਆਂ ਨਾਲ ਕਿੰਨਾ ਕੁ ਅਮੀਰ ਬਣ ਜਾਂਦੇ ਆ, ਸਮਝ ਤੋਂ ਪਰੇ ਆ। ਇਹਦੇ ਨਾਲ ਜਿਹੜਾ ਨਾ ਦੋਸ਼ੀ ਆਮ ਸਾਡੇ ਵਰਗੇ ਲੋਕ ਵੀ ਆ, ਜਿਹੜੇ ਕਿ ਉਹਨਾਂ ਨੂੰ ਆਪਣੇ ਕੋਲੋਂ ਰਿਸ਼ਵਤ ਦੇ ਕੇ ਇਹੋ ਜਿਹਾ ਕੰਮ ਕਰਵਾਉਂਦੇ ਆ। ਸਾਨੂੰ ਇਹ ਮਤਲਬ ਹੁੰਦਾ ਵਿਚਾਰੇ ਯਾਰ ਇੱਦਾਂ ਸਿੱਧੀ ਉਂਗਲੀ ਨਾਲ ਘੇ ਨਹੀਂ ਨਿਕਲਦਾ, ਟੇਢੀ ਕਰ ਲਓ, ਟੇਢੀ ਦਾ ਮਤਲਬ ਆ ਵੀ ਇਹਨੇ ਕੰਮ ਜਲਦੀ ਨਹੀਂ ਕਰਨਾ, ਪੈਸੇ ਦੇ ਦਾਂਗੇ ਜਲਦੀ ਕਰਾ ਲਾਂਗੇ ਸਾਡਾ ਕੰਮ ਜਲਦੀ ਹੋ ਜਾਊਗਾ। ਤੋ ਇੱਕ ਸਾਡੀ ਵੀ ਜਿਹੜੀ ਆਮ ਲੋਕਾਂ ਦੀ ਬਿਰਤੀ ਬਣੀ ਹੋਈ ਆ ਵੀ ਅਸੀਂ ਵੀ ਕੰਮ ਜਿਹੜਾ ਉਹ ਪੈਸੇ ਦੇ ਕੇ ਕਰਵਾ ਲਈਏ ਤਾਂ ਜਲਦੀ ਹੋ ਜਾਂਦਾ, ਤੇ ਉਹਨਾਂ ਨੇ ਵੀ ਇੱਕ ਟ੍ਰੈਂਡ ਸੈੱਟ ਕਰਤਾ, ਦੇਖੋ ਭਾਈ ਜੇ ਤਾਂ ਪੈਸੇ ਦੇ ਕੇ ਕਰਾ ਦੂੰਗੇ ਤਾਂ ਅੱਜੇ ਹੋ ਜਾਊਗਾ, ਨਹੀਂ ਪੈਸੇ ਦਊਂਗੇ ਤਾਂ ਥੋੜਾ ਰੜਕਣਾ ਪਊਗਾ 5-7-10 ਦਿਨ, ਉਨਾ ਦਿਨ ਤੱਕ ਕਿਸੇ ਕੋਲ ਟਾਈਮ ਨਹੀਂ ਹੁੰਦਾ। ਉਹ ਸਾਰਾ ਕੁਛ ਸਿਸਟਮ ਜਿਹੜਾ ਨਾ ਇਹੋ ਜਿਹਾ ਤਾਣਾ ਬਾਣਾ ਬੁਣਿਆ ਹੋਇਆ, ਨਵੀਂ ਪੀੜ੍ਹੀ ਆਈ ਆ ਸ਼ਾਇਦ ਇਹ ਚਲੋ ਕੁਛ ਹੱਲ ਪਾਊਗੀ। ਫਿਰ ਵੀ ਉਹ ਜਦੋਂ ਕਹਿੰਦੇ ਆ ਵੀ ਖਰਬੂਜੇ ਨੂੰ ਦੇ ਕੇ ਖਰਬੂਜਾ ਰੰਗ ਫੜ ਲੈਂਦਾ, ਉਹ ਨਾਲ ਦੀ ਨਾਲ ਕੋਈ ਨਾ ਕੋਈ ਉਹਨਾਂ ਨੂੰ ਵੀ ਉਸ ਜਦੋਂ ਇਹ ਰਲ ਜਾਂਦੇ ਆ ਨਾ ਤੇ ਉੱਥੇ ਕੋਈ ਨਾ ਕੋਈ ਰੰਗ ਉਹਨਾਂ ਦੇ ਵੀ ਚੜ੍ਹ ਜਾਂਦਾ ਹੁੰਦਾ। ਸੋ ਇਹ ਬੜਾ ਮੰਦਭਾਗੀ ਗੱਲ ਹੈ ਵੀ ਕਦੋਂ ਖਤਮ ਹੋਊਗੀ ਕੁਛ ਕਹਿ ਨਹੀਂ ਸਕਦੇ। ਹਾਂਜੀ ਗੱਲ ਕਰੀਏ ਜਿਹੜੀਆਂ ਇੱਕ ਪਾਸੇ ਤਾਂ ਕੁਦਰਤੀ ਕਰੋਪੀ ਆਈ ਹੋਈ ਆ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਥੱਲੇ, ਤੇ ਦੂਜੇ ਪਾਸੇ ਜਿਹੜੀਆਂ ਲੁੱਟਾਂ ਖੋਹਾਂ ਵਾਲੇ ਨੇ ਉਹ ਨਵੇਂ ਤੋਂ ਨਵੇਂ ਤਰੀਕੇ ਕਹਿੰਦੇ ਲੱਭਦੇ ਨੇ, ਕਾਫੀ ਲੁੱਟਾਂ ਖੋਹਾਂ ਜੀ ਵਧੀਆਂ ਹੋਈਆਂ ਨੇ ਪੰਜਾਬ ਦੇ ਵਿੱਚ। ਬਿਲਕੁਲ ਜੀ, ਲਾਅ ਐਂਡ ਆਰਡਰ ਵਾਲੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਬਹੁਤ ਹੀ ਡਾਊਨ ਹੋਇਆ ਪਿਆ ਆ। ਮਤਲਬ ਆਏ ਦਿਨ ਰੋਜ਼ਾਨਾ ਦੀ 5-7 ਇਹੋ ਜਿਹੇ ਘਟਨਾਵਾਂ ਹੈਗੀਆਂ ਹੀ ਆ। ਉਹ ਇਕੱਲੇ ਲੁਧਿਆਣਾ ਵੱਡਾ ਸ਼ਹਿਰ ਆ ਜਿੱਥੇ ਇੱਕ ਬਹੁਤ ਕੰਜਸਟਡ ਏਰੀਆ ਆ, ਉੱਥੇ ਹੀ ਗੋਲੀ ਚੱਲਣ ਦੀਆਂ ਘਟਨਾਵਾਂ 10-12 ਹੋ ਜਾਂਦੀਆਂ। ਤੇ ਬਸ ਉਹ ਬੇਰੁਜ਼ਗਾਰੀ, ਉਹ ਰੁਜ਼ਗਾਰ ਹੈ ਨਹੀਂ, ਵਿਹਲੇ ਬੰਦੇ ਆ, ਇਸੇ ਕੰਮ ਨੂੰ ਤੁਰੇ ਆ, ਘਰਾਂ ਦੇ ਵਿੱਚ ਵੜ ਕੇ ਲੁੱਟ ਲੈ ਲੈਣਾ, ਨਾਲੇ ਘਰ ਦੇ ਜੀਆਂ ਨੂੰ ਮਾਰ ਜਾਣਾ, ਕਤਲ ਕਰ ਜਾਣਾ, ਤੇ ਉਹ ਇੰਨਾ ਕੁ ਕੰਮ ਵਧਿਆ ਹੋਇਆ। ਤੇ ਉੱਥੇ ਫਿਰ ਜਦੋਂ ਵਿਰੋਧੀ ਧਿਰ ਆਵਾਜ਼ ਉਠਾਉਂਦੀ ਆ, ਦੇਖੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ, ਫਿਰ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਪਿਛਲਾ ਰਿਕਾਰਡ ਦੇਖੋ, ਪਿੱਛੇ ਤੁਹਾਡੀਆਂ ਸਰਕਾਰਾਂ ਵੇਲੇ ਕੀ ਹੁੰਦਾ ਸੀਗਾ, ਤੇ ਜੇ ਉਹੀ ਦੇਖੀ ਜਾਈਏ ਫਿਰ ਤਾਂ ਅਸੀਂ ਕੰਮ ਹੀ ਨਾ ਕਰੀਏ। ਤੇ ਇਹਦੇ ਨਾਲ ਉਹ ਬੈਟਰ ਆ ਵੀ ਤੁਸੀਂ, ਤੁਹਾਨੂੰ ਜੇ ਚੁਣ ਕੇ ਲਿਆਂਦਾ ਤੇ ਹੁਣ ਤੁਸੀਂ ਪਿਛਲੇ ਸਰਕਾਰਾਂ ਨਾਲੋਂ ਬੈਟਰ ਕਰਨਾ, ਤੇ ਉਹੀ ਚੀਜ਼ ਚੱਲਣ ਦੇਣੀ ਆ। ਸੋ ਇਸ ਵੇਲੇ ਜਿਹੜੇ ਨਾ ਹਾਲਾਤ ਇੱਦਾਂ ਦੇ ਆ ਵੀ ਹਰ ਕੋਈ ਬੰਦਾ ਸ਼ਾਮ ਨੂੰ ਰਾਤ ਨੂੰ ਸੜਕ ਤੇ ਤੁਰਿਆ ਜਾਂਦਾ ਵੀ ਜਨਾਨੀ ਔਰਤ ਜਿਹੜੀ ਆ, ਲੜਕੀ ਆ, ਕੋਈ ਵੀ ਮਤਲਬ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੀ ਆ। ਪਤਾ ਨਹੀਂ ਵੀ ਜਿਵੇਂ ਕਹਿੰਦੇ ਲੱਗੀ ਨਜ਼ਰ ਪੰਜਾਬ ਨੂੰ, ਕੋਈ ਨਜ਼ਰ ਉਤਾਰ ਆਏ, ਉਹ ਗੱਲ ਹੋਈ ਪਈ ਆ ਵੀ ਇਸ ਵੇਲੇ ਪੰਜਾਬ ਨੂੰ ਨਜ਼ਰ ਹੀ ਲੱਗੀ ਪਈ।
हाँ जी अगल साहब, इतने भी जी है लॉ एंड ऑर्डर का बिल्कुल ही जीरो आ। इतने सरकार मैं कहूँगा टोटली फेलियर ने इस मुल्क के भी। इन्ना ज़्यादा जिहड़ा क्राइम बढ़ गया है, मतलब कि रोज़ की जिंदगी दे विच जे तुसी बच सकते हो तो बच जो, नहीं तुहानू इत्थे जिहड़ा तुहाडे विच वज्जण नू फिरदे ने लोकी। जे तुसी आपदी वधिया जिंदगी कढ़नी हैगी आ, तुहानू कुछ लोग आपदी जिंदगी इत्थे कढ़न नहीं दे रहे हैगे, पर जिहड़ियां तुहाडियां गड्डियां चोरियां, तुहाडे ड्राइववे दे विच गड्डी खड़ी आ टो करके लै जांदे ने जी, इत्थों तक जिहड़ी नौबत आ गई आ। इत्थे कल एक ब्रैम्पटन दे विच एक्सीडेंट होया हैगा, चोरी दा पिकअप ट्रक सीगा जाके गड्डी दे विच मरिया, उन्हां दा जिहड़ा कुत्ता सीगा डॉग सीगा उहदी ऑन द स्पॉट जिहड़ी मौत हो गई आ, ते जिहड़े दो बच्चे सीगे इक्को परिवार दे ते उह सीरीयस कंडीशन दे विच जिहड़े हॉस्पिटल दे विच एडमिट होए हुए ने। जिहड़े साडे लुटेरे ने ਉਹ ਪੰਜਾਬ ਤੋਂ ਆਏ ਨੇ ਜਾਂ ਇੱਥੋਂ ਕਿੱਦਾਂ ਪੈਦੇ ਹੋ ਰਹੇ ਨੇ, ਉਹ ਕਿਉਂ ਹੋ ਰਹੇ ਨੇ, ਉਹ ਸਾਡੇ ਆਪਣੇ ਜਿਹੜੇ ਨੇ ਉਹ ਵੀ ਪੰਜਾਬੀ ਸੀਗੇ ਜਿਹੜੇ ਫੜੇ ਗਏ ਨੇ ਪੁਲਿਸ ਵੱਲੋਂ। ਇੱਕ ਜਣਾ ਫਰਾਰ ਹੋ ਗਿਆ ਅਤੇ ਇੱਕ ਜਣਾ ਜਿਹੜਾ ਹੈਗਾ ਫੜ ਲਿਆ ਗਿਆ ਹੈਗਾ। ਕਿਉਂ ਇੱਦਾਂ ਦਾ ਕੰਮ ਕਰਦੇ ਨੇ ਇੱਥੇ ਗਿੱਲ ਸਾਹਿਬ? ਕੰਮ ਦੀ ਕੋਈ ਥੋੜ ਨਹੀਂ ਹੈਗੀ, ਕੰਮ ਇਸ ਮੁਲਕ ਦੇ ਵਿੱਚ ਲੋਕ ਕਹਿ ਰਹੇ ਨੇ ਹੈ ਨਹੀਂ ਗਾ। ਕੈਨੇਡਾ ਦੇ ਵਿੱਚ ਕੰਮ ਬਹੁਤ ਆ, ਜੇ ਕਿਸੇ ਨੇ ਕਰਨਾ ਕੰਮ ਕਰਨ ਵਾਲੇ ਨੂੰ ਬਹੁਤ ਕੁਛ ਹੈਗਾ, ਜਿਹਨੇ ਨਹੀਂ ਕਰਨਾ ਉਹਦੇ ਵਾਸਤੇ ਆਲਵੇਜ਼ ਜਿਹੜਾ ਐਕਸਕਿਊਜ਼ ਹੁੰਦਾ ਹੈਗਾ ਜੀ, ਨਹੀਂ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ ਹੈਗਾ। ਜਿਹਨੇ ਕੰਮ ਕਰਨਾ ਉਹ ਬਹੁਤ ਕੁਛ, ਇੱਥੇ ਮਿਹਨਤ ਆ, ਇੱਥੇ ਸਾਰਾ ਕੁਛ ਕਮਾ ਕੇ ਇਸ ਮੁਲਕ ਦੇ ਵਿੱਚੋਂ ਜੇ ਕੋਈ ਆਉਂਦਾ ਹੈਗਾ ਖਾਲੀ ਹੱਥ ਆਉਂਦਾ ਹੈਗਾ, 20-50 ਜਾਂ 1,000-2,000 ਡਾਲਰ ਚਲੋ ਹੁਣ ਲਿਆਉਣ ਲੱਗ ਗਏ ਵਿੱਚੋਂ, ਜਾਂ ਵੱਧ ਵੀ ਲੈ ਕੇ ਆਉਂਦੇ ਹੋਣਗੇ, ਪਰ ਉਹਦੇ ਨਾਲ ਬਹੁਤਾ ਲੰਬਾ ਸਮਾਂ ਨਹੀਂ ਗੁਜ਼ਾਰਾ ਚੱਲ ਸਕਦਾ ਹੈਗਾ। ਪਰ ਇੱਥੋਂ ਹੀ ਕਮਾ ਕੇ ਤੁਸੀਂ ਵਧੀਆ ਗੱਡੀਆਂ ਲਈਆਂ ਨੇ, ਵਧੀਆ ਘਰ ਬਾਰ ਲਏ ਨੇ, ਵਧੀਆ ਤੁਸੀਂ ਪਹਿਨਦੇ ਹੋ, ਵਧੀਆ ਖਾਂਦੇ ਪੀਂਦੇ ਹੋ, ਪਰ ਇਹ ਸਰਕਾਰਾਂ ਨੇ ਕੋਈ ਤੋੜ ਨਹੀਂ ਛੱਡੀ ਹੈਗੀ ਇਸ ਮੁਲਕ ਨੇ। ਗੱਲ ਕਰੀਏ ਪਰ ਸਰਕਾਰਾਂ ਜਿਹੜੀਆਂ ਹੋਰ ਪਾਸੇ ਜਿਹੜਾ ਇਸ ਮੁਲਕ ਦਾ ਪੈਸਾ ਲਟਾਉਣ ਲੱਗੀਆਂ ਨੇ, ਹੋਰ ਮੁਲਕਾਂ ਨੂੰ ਜਿਹੜੇ ਪੈਸੇ ਇੱਥੇ ਦੇ ਰਹੇ ਨੇ, ਮਿਲੀਅਨ ਆਫ ਮਿਲੀਅਨ ਡਾਲਰ ਜਿਹੜਾ ਹੈਗਾ ਸਾਡੇ ਜਿਹੜੇ ਲੋਕ ਟੈਕਸ ਪੇ ਕਰਦੇ ਨੇ ਹੋਰ ਮੁਲਕਾਂ ਦੇ ਵਿੱਚ, ਜਿਹੜਾ ਟੈਕਸ ਜਿਹੜਾ ਜਾ ਰਿਹਾ ਹੈਗਾ। ਅਤੇ ਮਤਲਬ ਗੱਲ ਕੀਤੀ ਸੀ ਆਪਾਂ ਚੋਰੀ ਦੀ, ਜਿਹੜਾ ਕ੍ਰਾਈਮ ਹੈਗਾ ਇੱਥੇ ਵੀ ਬਹੁਤ ਜ਼ਿਆਦਾ ਵਧਿਆ ਹੋਇਆ, ਪੂਰੇ ਵਰਲਡ ਦੇ ਵਿੱਚ ਜਿਹੜਾ ਹੈਗਾ ਕ੍ਰਾਈਮ ਬਹੁਤ ਜ਼ਿਆਦਾ ਜਿਹੜਾ ਹਾਈ ਰੇਸ਼ੋ ਦੇ ਉੱਤੇ ਗਿਆ ਹੋਇਆ। ਇਸ ਨੂੰ ਜੇ ਕਾਬੂ ਨਾ ਕੀਤਾ ਗਿਆ, ਇੱਕ ਆਮ ਇਨਸਾਨ ਨੂੰ ਇੱਥੇ ਰਹਿਣਾ ਬੜਾ ਮੁਸ਼ਕਲ ਹੋ ਜਾਊਗਾ। ਮਤਲਬ ਇੱਕ ਕੈਨੇਡਾ ਸੀ ਫਰੀਡਮ ਮੁਲਕ ਸੀਗਾ, ਪਰ ਹੁਣ ਇਸ ਮੁਲਕ ਦੇ ਵਿੱਚ ਵੀ ਲੋਕ ਸਹਿਮ ਸਹਿਮ ਕੇ ਜਿਹੜੇ ਰਹਿ ਰਹੇ ਨੇ, ਸ਼ਾਮ ਨੂੰ ਵਾਕ ਕਰਨ ਵੇਲੇ ਉਹ ਨਹੀਂ ਜਾ ਰਹੇ ਹੈਗੇ, ਡਰਦੇ ਨੇ ਵੀ ਪਤਾ ਨਹੀਂ ਕਿਸੇ ਨੇ ਫੋਨ ਖੋਹ ਕੇ ਲੈ ਜਾਣਾ ਹੈਗਾ, ਜਾਂ ਕਿਸੇ ਨੇ ਤੁਹਾਨੂੰ ਕੁਛ ਕਰ ਦੇਣਾ ਹੈਗਾ, ਜਾਂ ਕਿਸੇ ਨੇ ਜਿਸ ਕ੍ਰੋਸ ਵਾਕ ਦੇ ਉੱਤੇ ਸਾਈਡ ਵਾਕ 'ਤੇ ਜਾਂਦੇ ਹੋ ਤੁਹਾਡੇ ਜਾ ਕੇ ਲੱਤਾਂ ਦੇ ਵਿੱਚ ਗੱਡੀ ਮਾਰਨੀ ਹੈਗੀ ਆ। ਕਿਉਂਕਿ ਇਹ ਮੁਲਕਾਂ ਦਾ ਅੱਜ ਤੱਕ ਆਹ ਜਿਹੜੀ ਨੌਬਤ ਸਾਡੇ ਇਸ ਕੈਨੇਡਾ ਦੀ ਜਿਹੜੀ ਆ ਰਹੀ ਆ, ਜਿਹੜਾ ਨੰਬਰ 1 ਦਾ ਕਿਸੇ ਟਾਈਮ ਦੇ ਵਿੱਚ ਹੁੰਦਾ ਸੀਗਾ ਜੀ। ਅਗਲ ਸਾਹਿਬ ਬਹੁਤ ਬਹੁਤ ਧੰਨਵਾਦ, ਤੇ ਆਪਣੀ ਕੱਲ ਨੂੰ ਮੁਲਾਕਾਤ ਹੋਊਗੀ ਜੀ। ਮਿਹਰਬਾਨੀ ਜੀ, ਧੰਨਵਾਦ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸਰ। ਜੀ ਇਹ ਆਪਾਂ ਗੱਲ ਕਰਦੇ ਹਾਂ ਕੰਟੀਨਿਊ, ਕਿਉਂਕਿ ਜੇ ਆਪਾਂ ਇਸ ਮੁਲਕ ਨੂੰ ਨਹੀਂ ਬਚਾ ਸਕੇ, ਕਿਉਂਕਿ ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇ ਭਾਵੇਂ ਪੰਜਾਬ ਤੋਂ ਆਉਂਦੇ ਨੇ ਜਾਂ ਭਾਵੇਂ ਸਾਡੇ ਇਸ ਮੁਲਕ ਦੇ ਬੱਚੇ ਹੈਗੇ ਨੇ, ਕਿੰਨਾ ਕੁ ਸੇਫ, ਕਿੰਨਾ ਕੁ ਸਿਕਿਓਰ ਉਹ ਇੱਥੇ ਫੀਲ ਕਰਨਗੇ, ਤੁਸੀਂ ਆਪਦੇ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਹੈਗੇ, ਤੁਹਾਨੂੰ ਇਹ ਨਹੀਂ ਪਤਾ ਹੈਗਾ ਤੁਹਾਡੀ ਗੱਡੀ ਜਾਂ ਤੁਹਾਡੀ ਕਿਹਨੇ ਤੁਹਾਡੀ ਗੱਡੀ ਦੇ ਵਿੱਚ ਗੱਡੀ ਮਾਰਨੀ ਹੈਗੀ ਆ। ਜਿਹੜੀ ਡਰਾਈਵਿੰਗ ਇੰਨੀ ਜ਼ਿਆਦਾ ਰਫ ਹੋ ਚੁੱਕੀ ਹੈਗੀ ਆ, ਕੋਈ ਸਟੋਪ ਸਾਈਨ ਦੇ ਉੱਤੇ ਫਾਲੋ ਨਹੀਂ ਕਰਦਾ, ਕੋਈ ਤੁਹਾਨੂੰ ਆਪਣੇ ਸਪੀਡਿੰਗ ਫਾਲੋ ਨਹੀਂ ਕਰਦਾ ਹੈਗਾ, ਮਤਲਬ ਬਿਲਕੁਲ ਲਾਅ ਐਂਡ ਆਰਡਰ ਦਾ ਜੋ ਕਾਨੂੰਨ ਇੱਥੇ ਲਾਅ ਹੈਗਾ ਕੋਈ ਉਸਨੂੰ ਫਾਲੋ ਨਹੀਂ ਕਰਦਾ ਹੈਗਾ। ਜੇ ਤੁਹਾਨੂੰ ਕੋਈ ਆ ਕੇ ਚਾਰ ਗਾਲਾਂ ਕੱਢ ਜਾਂਦਾ, ਜੇ ਤੁਸੀਂ ਪੁਲਿਸ ਨੂੰ ਕੰਪਲੇਂਟ ਕਰਦੇ ਹੈਗੇ ਹੋ, ਪੁਲਿਸ ਵਾਲੇ ਘੰਟਾ ਘੰਟਾ ਦੋ ਦੋ ਘੰਟੇ ਫੋਨ ਨਹੀਂ ਚੱਕਦੇ, ਉਹ ਵੀ ਬਿਲਕੁਲ ਕੋਈ ਰਿਸਪੋਂਸ ਜਿਹੜਾ ਹੈਗਾ ਨਹੀਂ ਸੋਲਿਡ ਜਿਹੜਾ ਤੁਹਾਨੂੰ ਦੇ ਰਿਹਾ ਹੈਗੇ ਕਿ ਪੁਲਿਸ ਦੀ ਸ਼ੋਰਟੇਜ ਆ, ਤਾਂ ਜਿਹੜੀ ਸਾਡੀਆਂ ਸਰਕਾਰਾਂ ਨੇ ਉਸਨੂੰ ਪੁਲਿਸ ਹੋਰ ਹਾਇਰ ਕਰਨੀ ਚਾਹੀਦੀ ਆ। ਕਿਉਂਕਿ ਅਕੋਰਡਿੰਗ ਟੂ ਪਾਪੂਲੇਸ਼ਨ ਜਿਹੜੀ ਹੈਗੀ ਆ, ਅੱਜ ਤੋਂ ਜੇ ਗੱਲ ਕਰੀਏ 10 ਜਾਂ 5 ਸਾਲ ਜਾਂ 15 ਸਾਲ ਪਹਿਲਾਂ, ਬਹੁਤ ਜ਼ਿਆਦਾ ਜਿਹੜੀ ਡਬਲ ਹੋ ਚੁੱਕੀ ਆ, ਪਰ ਜਿਹੜੇ ਪੁਲਿਸ ਆਫਿਸਰ ਨੇ ਉਨੇ ਜ਼ਿਆਦਾ ਹਾਇਰ ਨਹੀਂ ਕੀਤੇ ਗਏ ਹੈਗੇ, ਤਾਂ ਕਰਕੇ ਜਿਹੜੀ ਪੁਲਿਸ ਬਿਹਾਈਂਡ ਚੱਲਦੀ ਹੈਗੀ ਆ, ਕਾਫੀ ਡਿਲੇ ਸਿਸਟਮ ਹੈਗਾ। ਇਸ ਕਰਕੇ ਪੁਲਿਸ ਜਿਹੜੀ ਇਸ ਮੁਲਕ ਦੇ ਵਿੱਚ ਜਾਂ ਜੋ ਵੀ ਤੁਹਾਡਾ ਆਪਣੇ ਸ਼ਹਿਰ ਹੈਗਾ, ਸਿਟੀ ਹੈਗਾ, ਉਸ ਦੇ ਵਿੱਚ ਹੋਰ ਹਾਇਰ ਜਿਹੜੀ ਕਰਨੀ ਚਾਹੀਦੀ ਹੈਗੀ ਆ। ਇਹ ਸੀ ਅੱਜ ਸਾਡੀਆਂ ਕੁਛ ਕੁ ਹਫ਼ਤਾਵਾਰੀ ਨਿਊਜ਼ ਪੰਜਾਬ ਦੀਆਂ ਅਤੇ ਭਾਰਤ ਦੀਆਂ, ਅਤੇ ਇਸ ਮੁਲਕ ਦੀਆਂ ਵੀ ਆਪਾਂ ਤੁਹਾਡੇ ਨਾਲ ਨੈਕਸਟ ਐਪੀਸੋਡ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਜਿਉਂਦੇ ਵਸਦੇ ਰਹੋ, ਇੰਜੋਏ ਕਰੋ, ਵੀਕਐਂਡ ਆ, ਖੁਸ਼ ਰਹੋ। ਸਤਿ ਸ਼੍ਰੀ ਅਕਾਲ।